शेरे पंजाब रेडियो AM 600 ਤੁਸੀਂ ਸੁਣ ਰਹੇ ਹੋ ਜੀ ਤੁਹਾਡਾ ਆਪਣਾ ਫੇਵਰਿਟ ਨਿਊਜ਼ ਟਾਕ ਸਟੇਸ਼ਨ ਹੈ ਜਿਹਾ ਸਟੇਸ਼ਨ ਜਿੱਥੇ ਹਰ ਉਹ ਗੱਲ ਕੀਤੀ ਜਾਂਦੀ ਹੈ ਜੋ ਤੁਹਾਡੇ ਵਾਸਤੇ ਮਾਇਨੇ ਰੱਖਦੀ ਹੈ ਔਰ ਐਸੇ ਵਜ੍ਹਾ ਕਰਕੇ ਅੱਜ ਖਾਸ ਤੌਰ ਤੇ ਸਾਲ ਦੇ ਜਿਹੜੇ ਪਹਿਲੇ ਪ੍ਰੋਗਰਾਮ ਨੇ ਸਾਰੇ ਹੀ ਸ਼ੋਜ਼ ਦੇ ਵਿੱਚ ਤੁਸੀਂ ਇੱਕ ਵੱਖਰਾ ਰੰਗ ਦੇਖ ਰਹੇ ਹੋ ਔਰ ਉਹ ਰੰਗ ਇਹ ਹੈ ਕਿ ਸਾਰੇ ਹੀ ਹੋਸਟ ਅੱਜ ਗੈਸਟ ਬਣ ਕੇ ਪਹੁੰਚੇ ਹੋਏ ਨੇ ਸੋ ਜਿਵੇਂ ਕਿ ਦੱਸਿਆ ਸੀ ਥੋੜ੍ਹੀ ਦੇਰ ਪਹਿਲਾਂ ਤੁਸੀਂ ਨਵਜੋਤ ਢਿੱਲੋਂ ਹੋਰਾਂ ਨੂੰ ਸੁਣਿਆ ਅਤੇ ਹੁਣ ਮੇਰੇ ਨਾਲ ਇਸ ਪ੍ਰੋਗਰਾਮ ਸ਼ਾਮਿਲ ਹੋ ਰਹੇ ਨੇ ਸਰਦਾਰ ਹਰਜੀਤ ਸਿੰਘ ਗਿੱਲ ਵੈਲਕਮ ਟੂ ਦਾ ਸ਼ੋਅ ਵੀਰ ਜੀ ਤੁਹਾਡਾ ਆਪਣਾ ਹੀ ਸ਼ੋਅ ਹੈ ਅਤੇ ਆਪਣਾ ਹੀ ਸਟੇਸ਼ਨ ਸੋ ਸਤਿ ਸ਼੍ਰੀ ਅਕਾਲ ਤੁਹਾਨੂੰ ਇੱਕ ਵਾਰੀ ਫੇਰ ਕਰਦੀ ਹਾਂ ਜੀ ਨਿਮੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਆਪਾਂ ਤਾਂ ਬਾਹਰ ਜਿਵੇਂ ਖੜੇ ਗੱਲਾਂ ਕਰਦੇ ਆਉਂਦੇ ਨਾ ਬਣੇ ਬਣਾਏ ਅੰਦਰ ਵੜ ਜਾਈਏ ਬਿਲਕੁਲ ਬਾਕੀ ਹੋਰ ਸੁਣਦੇ ਵੀ ਇਹ ਦੋਨੇ ਹੱਸਦੇ ਬਹੁਤ ਮੇਰੇ ਹਿਸਾਬ ਨਾਲ ਕੁਝ ਅਜਿਹਾ ਹੀ ਹੋਣਾ ਅੱਜ ਵੀ ਮੈਂ ਪੁੱਛਦਾ ਉਹਨਾਂ ਆਉਂਦੇ ਚੌਧਰੀ ਸਾਹਿਬ ਕਿਵੇਂ ਨੇ ਜੋਤ ਹੋਣੀ ਕਿਵੇਂ ਨੇ ਤੁਸੀਂ ਪੁੱਛਣਾ ਦੁਰਾਜ ਹੋਣੀ ਕਿਵੇਂ ਨੇ ਬਿਲਕੁਲ ਬਿਲਕੁਲ ਸੋ ਮੈਨੂੰ ਜਦੋਂ ਇਹ ਗੱਲ ਹੋਈ ਵੀ ਸੀ ਉਹ ਕਹਿੰਦੇ ਕਿ ਇੰਟਰਵਿਊ ਕਰਨਾ ਹੈ ਸੋ ਮੈਨੂੰ ਇਹ ਸੀ ਮੈਂ ਕਿਹਾ ਜਾਣਦੀ ਤਾਂ ਮੈਂ ਸਭ ਕੁਝ ਹਾਂ ਵੀਰ ਜੀ ਬਾਰੇ ਪਰ ਖੈਰ ਇੰਟਰਵਿਊ ਇੱਕ ਵਧੀਆ ਤਰੀਕਾ ਹੈ ਥੋੜੀਆਂ ਹੋਰ ਗੱਲਾਂ ਜਾਣਨ ਵਾਸਤੇ ਪਰ ਸ਼ਾਇਦ ਲੋਕ ਸਾਨੂੰ ਸ਼ਾਇਦ ਨਾ ਜਾਣਦੇ ਹੋਣ ਸੋ ਉਸੇ ਗੱਲ ਨੂੰ ਧਿਆਨ ਚ ਰੱਖਦੇ ਹਾਂ ਅੱਜ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਸੀਰੀਅਸ ਰੰਗ ਖੁੱਲ ਕੇ ਨਾਲੇ ਸਵਾਲ ਪੂਰੇ ਪੁੱਛਣੇ ਨੇ ਕਿਹੜੇ ਹੋ ਕੇ ਕਿਹੜੇ ਹੋ ਹੁਣ ਭੈਣ ਭਾਈ ਵਾਲਾ ਗੱਲ ਬਾਹਰ ਹੈ ਬਸ ਬਿਲਕੁਲ ਬਿਲਕੁਲ ਕੱਸ ਲਿਓ ਪੂਰਾ ਚਲੋ ਸੋ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਮੈਨੂੰ ਪਹਿਲਾਂ ਇਹ ਦੱਸੋ ਵੀ ਸਰਦਾਰ ਹਰਜੀਤ ਸਿੰਘ ਗਿੱਲ ਹੈ ਕੌਣ ਕੀ ਕਹਿੰਦੇ ਹੋ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਕਿ ਮੈਂ ਕੌਣ ਹਾਂ ਪ੍ਰਾਊਡ ਟੂ ਬੀ ਦੇਸੀ ਪ੍ਰਾਊਡ ਟੂ ਬੀ ਦੇਸੀ ਤੁਹਾਡਾ ਸਲੋਗਨ ਜੀ ਜੀ ਮੈਂ ਨਾ ਖੈਰ ਆਪਾਂ ਨੂੰ ਇਕੱਠੇ ਹੀ ਆਏ ਮੈਂ 3 ਮਹੀਨੇ ਪਹਿਲਾਂ ਆ ਗਿਆ ਜੀ ਜੀ ਤੁਸੀਂ ਇੰਸ਼ੋਰੈਂਸ ਦੀ ਇੰਟਰਵਿਊ ਲੈਣ ਆਏ ਜੀ ਜੀ ਤੁਸੀਂ ਕਿਹਾ ਬਈ ਇਹਦਾ ਮੈਂ ਕਿਹਾ ਜੀ ਕੰਮ ਬਹੁਤ ਵਧੀਆ ਹੈ ਬਿਲਕੁਲ ਬਾਹਰ ਬਾਦਸ਼ਾਹ ਬੈਠੇ ਹੋ ਕਹਿੰਦੇ ਕੁੜੀ ਤੂੰ ਸਾਡੇ ਕੋਲੇ ਕੰਮ ਕਰਨ ਲੱਗਾ ਜੀ ਇੱਥੇ ਲੱਗ ਜਾਂਦੇ ਤੇ ਮੈਂ ਇੱਕ ਗੱਲ ਜ਼ਿੰਦਗੀ ਦੇ ਵਿੱਚ ਨਿੰਮੀ ਜੀ ਰੱਖੀ ਹੈ ਵੀ ਬੰਦੇ ਦੇ ਬਾਹਲਾ ਕੁਛ ਹੱਥ 'ਚ ਮੇਰਾ ਇਹ ਮਨ ਹੈ ਦੇਖੋ ਮੈਂ ਕਿਤੇ ਨਾ ਕਿਤੇ ਤੰਗ ਵੀ ਹੁੰਦਾ ਵੀ ਯਾਰ ਮੇਰੇ ਹਿਸਾਬ ਨਾਲ ਚੀਜ਼ਾਂ ਨਹੀਂ ਹੋ ਰਹੀ ਪਰ ਜਿਹੜੀ ਨੱਥ ਹੈ ਨਾ ਉਹ ਖਸਮ ਦੇ ਹੀ ਹੱਥ ਹੈ ਬਾਹਲਾ ਕੁਝ ਨਹੀਂ ਹੈ ਬੰਦੇ ਕੋਲ ਕਰਨ ਨੂੰ ਅਸੀਂ ਕਰਦੇ ਹਾਂ ਇਹਨੂੰ ਤੁਸੀਂ ਧਾਰਮਿਕ ਪੱਖ ਰੱਖ ਲਓ ਇਸ ਨੂੰ ਜ਼ਿੰਦਗੀ ਜਿਉਣ ਦਾ ਨਜ਼ਰੀਆ ਰੱਖ ਲਓ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਗ੍ਰਾਫ ਇੰਨੇ ਉੱਪਰ ਥੱਲੇ ਹੋਏ ਛੋਟੀ ਉਮਰ ਦੇ ਵਿੱਚ ਮੈਂ ਘਰ ਛੱਡਿਆ ਅਤੇ ਮੈਨੂੰ ਮਲਾਲ ਹੋਇਆ ਕਦੇ ਕਿਤੇ ਜਦ ਮੈਂ ਇੱਥੇ ਆਇਆ ਬਾਪ ਮਸਕਟ ਤੋਂ ਪਰ ਉਹਦੇ ਨਾਲ ਕਿੰਗਰੇ ਢਾ ਕੇ ਵੀ ਕੁਛ ਨਹੀਂ ਤੁਸੀਂ ਆਪਣੇ ਆਪ ਨੂੰ ਦੁਖੀ ਕਰਕੇ ਕੁਛ ਨਹੀਂ ਖੱਟ ਸਕਦੇ ਮੈਂ ਆਪਣੇ ਆਪ ਨੂੰ ਕਿਤੇ ਕਿਤੇ ਮੈਨੂੰ ਲੱਗਦਾ ਜਿੱਦਣ ਮੈਨੂੰ ਵੱਧ ਫੋਨ ਆ ਜਾਂਦਾ ਨਾ ਚੱਕ ਤਾ ਕੰਮ ਉੱਧਰ ਮੇਰਾ ਸਿਰ ਭਾਰੀ ਹੋ ਜਾਂਦਾ ਸੱਚ ਆ ਅੱਛਾ ਪਰ ਜਦ ਮੈਂ ਹੁਣ 15 ਦਿਨ ਬਿਮਾਰ ਪਿਆ ਸੀ ਫੱਟੇ ਤੇ ਫਿਰ ਮੈਨੂੰ ਇਹ ਲੱਗਦਾ ਵੀ ਹਰਜੀਤ ਸਿੰਘ ਕੁਛ ਨਹੀਂ ਕਹਾਣੀ ਬਿਲਕੁਲ ਤੇਰੇ ਕੋਲ ਕੁਛ ਨਹੀਂ ਹੈ ਲੋਕ ਪਿਆਰ ਕਰਦੇ ਨੇ ਤੈਨੂੰ ਤੂੰ ਬੋਲਦਾ ਲੋਕ ਸੁਣਦੇ ਨੇ ਇਸ ਦੁਨੀਆਂ 'ਚ ਕੋਈ ਕਿਸੇ ਨੂੰ ਨਹੀਂ ਸੁਣਦਾ ਬਿਲਕੁਲ ਇਹ ਗੱਲ ਵੈਸੇ ਵਾਕਈ ਜਿਹੜੀ ਤੁਸੀਂ ਹੁਣ ਕੀਤੀ ਹੈ ਕਿ ਕੋਈ ਕਿਸੇ ਨੂੰ ਸੁਣਦਾ ਨਹੀਂ ਔਰ ਅਸੀਂ ਖੁਸ਼ ਨਸੀਬ ਹਾਂ ਕਿ ਸਾਨੂੰ ਲੋਕ ਸੁਣਦੇ ਨੇ ਹਾਂ ਕਿ ਇਹਨਾਂ ਨੇ ਕੀ ਆਖਿਆ ਹੈ ਇਹ ਕੀ ਗੱਲ ਕਰ ਰਹੇ ਨੇ ਜੇ ਕੋਈ ਸੁਣਦਾ ਸਾਡੀ ਗੱਲ ਇਹ ਬੜੇ ਮਾਣ ਵਾਲੀ ਗੱਲ ਕੋਈ ਔਕਾਤ ਨਹੀਂ ਜੀ ਆਪਣੀ ਕਿਹੜੀ ਕਹਾਣੀਆਂ ਕਿਹੜੀ ਖਾਸ ਅਸੀਂ ਪੜ੍ਹਾਈ ਕੀਤੀ ਹੈ ਠੀਕ ਹੈ ਆਪਣੇ ਆਪਣੇ ਫੀਲਡਾਂ ਦੇ ਵਿੱਚ ਆਪਾਂ ਜਿਹੜੇ ਜਿਹੜੇ ਵੀ ਜਿਵੇਂ ਪੜ੍ਹੇ ਉਹ ਪੜ੍ਹੇ ਆ ਪਰ ਮੈਂ ਅੱਜ ਪਹਿਲਾਂ ਵੀ ਨਵਜੋਤ ਦੇ ਨਾਲ ਗੱਲ ਕਰਦਾ ਮੈਂ ਕਿਹਾ ਮੈਨੂੰ ਇਹ ਕਿਤੇ ਨਾ ਕਿਤੇ ਅਣਹੋਂਦ ਰਹਿੰਦੀ ਆ ਵੀ ਮੈਂ ਯਾਰ ਜਰਨਲਿਜ਼ਮ ਜੇ ਪੜ੍ਹ ਲੈਂਦਾ ਦੋਸਤ ਬਹੁਤ ਜਿਹੜੇ ਸੁਣਨ ਵਾਲੇ ਪਿਆਰ ਕਰੋ ਕਹਿੰਦੇ ਨੇ ਇਹੋ ਜਿਹੀ ਕੋਈ ਨਹੀਂ ਹੈ ਜਰਨਲਿਜ਼ਮ ਪੜ੍ਹ ਕੇ ਮੈਂ ਬਹੁਤ ਫਿਰਦੇ ਨੇ ਤੁਰੇ ਲੋਕ ਨਹੀਂ ਸੁਣਦੇ ਤੁਸੀਂ ਦੇਖਿਆ ਹਾਂ ਸੋ ਮੇਰੇ ਇੱਕ ਪਰ ਕਈ ਵਾਰ ਹੁੰਦਾ ਐਥਿਕਸ ਕਈ ਵਾਰ ਮੈਂ ਵਿਦਾਊਟ ਬਾਰਡਰ ਜਾਂ ਜਾਂਦਾ ਤਾਂ ਉਹ ਕਈ ਵਾਰ ਐਥਿਕਸ ਛਿੱਕੇ ਵੀ ਟੰਗਦੇ ਤੁਸੀਂ ਬੀਂਗ ਏ ਮੈਨੇਜਰ ਤੁਹਾਨੂੰ ਫੋਨ ਵੀ ਆਉਂਦੇ ਨੇ ਸਾਂਭੋ 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 ਪਰ ਸਾਂਭ ਲਈਦਾ ਫਿਰ ਹਾਂ ਨਹੀਂ ਫਿਰ ਭੈਣਾਂ ਭਾਈ ਵਾਲੇ ਅੰਡਰਸਟੈਂਡ ਹੈ ਨਾ ਸਾਡੀ ਅੱਛਾ ਇੱਕ ਇੱਕ ਇੱਕੇ ਹੀ ਗੱਲ ਮੈਂ ਇਹਨੂੰ ਅੱਗੇ ਆਪਾਂ ਚੱਲੀਏ ਜੀ ਬਈ ਮੈਂ ਜੇ ਕਹਾਂ ਵੀ ਮੈਂ ਕੀ ਹਾਂ ਮੈਨੂੰ ਹਰ ਵਕਤ ਇਹ ਰਹਿੰਦਾ ਵੀ ਮੈਂ ਪੰਜਾਬ ਦਾ ਪੁੱਤ ਬਣ ਕੇ ਰਹਾਂ ਬਸ ਇੱਦੋਂ ਮੈਨੂੰ ਉੱਪਰ ਹੋਰ ਕੁਛ ਵੀ ਪੰਜਾਬ ਸਿਆਂ ਜਿੱਥੇ ਰਹੀਏ ਤੇਰੇ ਪੁੱਤ ਬਣ ਕੇ ਰਹੀਏ ਬਿਲਕੁਲ ਬਿਲਕੁਲ ਇਹੀ ਜ਼ਰੂਰੀ ਹੈ ਇਹੀ ਲਾਜ਼ਮੀ ਹੈ ਕਿਉਂਕਿ ਭਾਵੇਂ ਇਹ ਸ਼ਾਇਦ ਤੁਹਾਡੇ ਪ੍ਰੋਗਰਾਮ ਦੇ ਵਿੱਚ ਵੀ ਔਰ ਥੋੜ੍ਹਾ ਬਹੁਤਾ ਮੇਰੇ ਪ੍ਰੋਗਰਾਮ 'ਚ ਵੀ ਝਲਕਦਾ ਹੈ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਤੁਹਾਡੇ 'ਚ ਤਾਂ ਕਿਉਂਕਿ ਲੋਕ ਸੱਥ ਜਿੱਥੋਂ ਸ਼ੁਰੂ ਹੋਈ ਜਿੱਥੋਂ ਸੱਥ ਜੁੜੀ ਹੈ ਆਈ ਥਿੰਕ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਸੱਥ ਦਾ ਮਤਲਬ ਨਹੀਂ ਸੀ ਪਤਾ ਕਈ ਲੋਕ ਇੱਥੇ ਆਏ ਨੇ ਕੈਨੇਡਾ ਵਿੱਚ ਰਹੇ ਨੇ ਪਰ ਸੱਥਾਂ 'ਚ ਉੱਠ ਕੇ ਵੀ ਆਏ ਨੇ ਬਹੁਤੇ ਪਰ ਉਹ ਜੋੜ ਦਿੱਤਾ ਉਸ ਚੀਜ਼ ਦੇ ਨਾਲ ਤੁਸੀਂ ਲੋਕ ਸੱਥ ਕਹਿ ਕੇ ਸੋ ਸੱਥ ਜਿਹੜੀ ਹੈ
ਉਹਦਾ ਨਜ਼ਾਰਾ ਕੁਛ ਵੱਖਰਾ ਹੀ ਹੁੰਦਾ ਸੀ ਔਰ ਇਹ ਨਜ਼ਾਰਾ ਇੱਥੇ ਵੀ ਵੇਖਣ ਨੂੰ ਮਿਲਦਾ ਤੁਹਾਡੇ ਪ੍ਰੋਗਰਾਮ ਵਿੱਚ ਜਿੱਥੇ ਮੁਅੱਜ਼ਜ਼ ਸ਼ਖਸੀਅਤਾਂ ਵਹਿੰਦੀਆਂ ਨੇ ਨਾ ਵੱਡੀਆਂ ਜੀ ਉੱਥੇ ਫਿਰ ਐ ਵੀ ਹੁੰਦਾ ਵੀ ਯਾਰ ਇਹਨੇ ਬੜੀ ਜੱਖਣਾ ਰੋਲੀ ਆ ਬ੍ਰੌਡਕਾਸਟਿੰਗ ਦੀ ਇਹ ਪਤਾ ਨਹੀਂ ਕੀ ਕਹੀ ਜਾਂਦਾ ਜਿਹੜੀ ਅਲੀਟ ਜਿਹਨਾਂ ਨੂੰ ਮੈਂ ਕਹਿਣਾ ਹੁੰਦਾ ਅਚਕਨ ਪਜਾਮੀ ਖੁੱਸਾ ਗਲ ਚ ਮਫਲਰ ਫਿਰ ਸਿੱਧਾ ਤੁਰਨਾ ਅਚਕਨ ਚ ਬਾਲਣਾ ਪਿਓ ਉਹ ਕਹਿੰਦੇ ਯਾਰ ਇਹਨੇ ਬਹੁਤ ਤੰਗ ਕੀਤੇ ਅਸੀਂ ਤੇ ਜਿਹੜੇ 80% ਨੇ ਮੋਢੇ ਤੇ ਕਹੀ ਵਾਲੇ ਕਹਿੰਦੇ ਹੁਣ ਸਵਾਲ ਆ ਗਿਆ ਹੁਣ 2 ਘੰਟੇ ਸੁਣੀਏ ਬਿਲਕੁਲ ਬਿਲਕੁਲ ਕਿਉਂਕਿ ਮੈਂ ਵੀ ਕਈ ਵਾਰੀ ਕਹਿੰਦੀ ਹੁੰਦੀ ਕਿ ਚਰਖਾ ਭਾਵੇਂ ਕੱਤਿਆ ਨਹੀਂ ਆਪਾਂ ਕਹੀ ਭਾਵੇਂ ਵਰਤੀ ਨਹੀਂ ਪਰ ਉਹ ਫੀਲਿੰਗ ਆ ਜਾਂਦੀ ਜਦੋਂ ਇਹੋ ਜਿਹਾ ਸ਼ੋਅ ਕਰਦੇ ਹਾਂ ਜਾਂ ਜਦੋਂ ਗੱਲ ਕਰਦੇ ਹਾਂ ਸੋ ਬਹੁਤ ਵਧੀਆ ਸੋ ਆਪਣੇ ਹੁਣ ਇੰਟਰਵਿਊ ਲਾਈਏ ਆਪਾਂ ਪਈ ਸ਼ੁਰੂਆਤ ਤੋਂ ਦੱਸੋ ਕਿੱਥੇ ਜਨਮ ਹੋਇਆ ਕਿੱਥੋਂ ਆਏ ਕਈ ਲੋਕਾਂ ਨੂੰ ਨਹੀਂ ਵੀ ਪਤਾ ਹੈ ਨਾ ਜਿਵੇਂ ਹੁਣ ਇੱਕ ਮਾਣ ਮਿਲ ਗਿਆ ਨਾ ਵੀ ਸ਼ੇਰੇ ਪੰਜਾਬ ਵਾਲਾ ਹਰਜੀਤ ਲੋਕ ਕਹਿੰਦੇ ਆਪਾਂ ਬਿਲਕੁਲ ਨਾ ਆਪਣਾ ਨਾਂ ਤੁਸੀਂ ਬਹੁਤ ਲੁਧਿਆਣੇ ਰਹੇ ਹੋ ਜੀ ਜੀ ਮੈਂ ਦੱਸਦਾ ਵੀ ਨਿੰਮੀ ਉਹਨਾਂ ਦਾ ਬਚਪਨ ਚਾਹੇ ਦੁਆਬੇ 'ਚ ਰਿਹਾ ਉਹਨਾਂ ਦੀ ਪੜ੍ਹਾਈ BAU ਰਹੀ ਤੁਸੀਂ ਬਹੁਤ ਮਾਲ ਵਿੱਚ ਰਹੇ ਬਿਲਕੁਲ ਲੁਧਿਆਣੇ ਤੋਂ ਜਦ ਖੰਨੇ ਨੂੰ ਜਾਂਦੇ ਹੋ ਦਰਾਹਾ ਆਉਂਦਾ ਨਹਿਰਾਂ ਆਉਂਦੀਆਂ ਨੇ ਦਰਾਹੇ ਤੋਂ 6 ਕਿਲੋਮੀਟਰ ਥੱਲੇ ਜਿੱਦ ਨੂੰ ਪਾਣੀ ਜਾਂਦਾ ਨਿਮਾਣ ਵੱਲੋਂ ਫਸਟ ਪਟਿਆਲਾ ਫੀਡਰ ਆ ਉਹਦੇ 'ਤੇ ਪਿੰਡ ਆ ਮਕਸੂਦੜਾ ਜੀ ਉੱਥੋਂ 3 ਕਿਲੋਮੀਟਰ ਮੇਰੇ ਪਿੰਡ ਤੋਂ ਰਾੜਾ 3 ਕਿਲੋਮੀਟਰ ਪਾਇਲ ਹੈ ਜਿੱਥੇ ਸਾਡਾ ਠਾਣਾ ਸੀ ਉਹਨੂੰ ਪਾਇਲ ਕਹਿੰਦੇ ਆ ਉਹ ਪਾਇਲ ਪਾਇਲ ਤੇ ਉਹਦੇ 'ਤੇ ਇਹ ਉੱਥੋਂ ਅੱਗੇ ਧਮੋਟ ਛੋਟੀ ਧਮੋਟ 12-14 ਪਿੰਡ ਗਿੱਲਾਂ ਦੇ ਪਿੰਡ ਨੇ ਉਹ ਮੇਰਾ ਪਿੰਡ ਜਿਹੜਾ ਮਕਸੂਦੜਾ ਅੱਛਾ ਜੀ ਅਤੇ ਪਿਤਾ ਜੀ ਅਧਿਆਪਕ ਮੇਰੇ ਸਨ ਰਿਟਾਇਰ ਹੋ ਗਏ ਅਤੇ ਦੋਨੇ ਭਾਈ ਆ ਵੱਡੇ ਭਾਈ ਸਾਹਿਬ ਡਾਕਟਰ ਬਲਜੀਤ ਸਿੰਘ ਨੇ ਜਿਹੜੇ ਹੁਣ ਸੈਸਕਾਟੂਨ ਗਏ ਨੇ ਵਾਈਸ ਪ੍ਰੈਜ਼ੀਡੈਂਟ ਬਣ ਕੇ ਰਿਸਰਚ ਵੱਡੇ ਨੇ ਮੇਰੇ ਤੋਂ 4 ਸਾਲ ਛੋਟੇ ਅਗਸਤ ਦੇ ਵਿੱਚ 67 'ਚ ਮੇਰਾ ਜਨਮ ਹੋਇਆ ਉੱਥੇ ਅਤੇ ਪੜ੍ਹਿਆ ਮੈਂ 5ਵੀਂ ਤੱਕ ਪਿੰਡੇ ਅਤੇ ਫਿਰ ਪਾਪਾ ਜੀ ਕਢਾਣੀ ਉਹਨਾਂ ਨੇ 28 ਸਾਲ ਪੜ੍ਹਾਇਆ ਵੱਡੀ ਕਢਾਣੀ ਵੱਡਾ ਪਿੰਡ ਆ 6ਵੇਂ ਪਾਤਸ਼ਾਹ ਉੱਥੇ ਆਏ ਨੇ ਉੱਥੇ ਮੈਂ 10ਵੀਂ ਕੀਤੀ ਪਿੰਡ ਵਾਲਾ ਸਕੂਲ ਯਾਦ ਆ ਹਾਂ ਪਿੰਡ ਵਾਲਾ ਪੂਰਾ ਅਤੇ ਫਿਰ ਕਢਾਣੀ ਵਾਲਾ ਮੈਂ ਗੀਦੀ ਪੁੱਤੇ ਸੀ ਵੱਡੇ ਭਾਈ ਸਾਹਿਬ ਵੱਧ ਪੜ੍ਹਦੇ ਸੀ ਮੈਨੂੰ ਪਾਪਾ ਜੀ ਇਹੀ ਕਹਿੰਦੇ ਨੇ ਵੀ ਇਹਨੇ ਮੈਨੂੰ ਉਹਦੇ ਵੱਲ ਦੇਖ ਲਾਇਆ ਕਿ ਉਹ ਇਹ ਵਾਲਾ ਹੀ ਕੰਮ ਸੀ ਅਤੇ ਮੈਨੂੰ ਇਹ ਸੀ ਬਈ ਮੈਂ ਤੁਹਾਨੂੰ ਵਧੀਆ ਇਕੱਠ ਵੀ ਘੋੜੀ 'ਤੇ ਪਾ ਕੇ ਦਿਖਾ ਦਿੰਦਾ ਮੈਂ 12 ਬੋਰ ਸਾਫ਼ ਕਰ ਦਿੰਦਾ ਮਤਲਬ ਮੈਨੂੰ ਇਹ ਸੀ ਵੀ ਚਿਗਤ ਅਤੇ ਉਹ ਮੈਂ ਕਰਦਾ ਰਿਹਾ ਪਰ ਮੈਨੂੰ ਇੱਕ ਪਿਤਾ ਜੀ ਦੇ ਪੁਰਾਣੇ ਬ੍ਰਾਹਮਣ ਪੜ੍ਹਾਉਂਦੇ ਹੁੰਦੇ ਜਦ ਪਾਪਾ ਜੀ ਨੇ ਪੜ੍ਹੇ ਅੱਛਾ ਜੀ ਉਹ ਜਦ ਮੈਂ ਜੰਮਿਆ ਤਾਂ ਉਹ ਕਹਿੰਦੇ ਜੀ ਇਹਦਾ ਦੇਖੋ ਕਹਿੰਦੇ ਬਈ ਇਹਦੀਆਂ ਸੱਤੇ ਸਿੱਧੀਆਂ ਰਹਿਣੀਆਂ ਨੇ ਬੜਾ ਮਿਹਨਤ ਵੱਧ ਕਰੂ ਉਹਨੂੰ ਫਲ ਘੱਟ ਮਿਲਣਾ ਇਹਨੇ ਕੁਛ ਨਹੀਂ ਕਰਨਾ ਇਹਨੂੰ ਸਭ ਕੁਝ ਮਿਲਣਾ ਸੋ ਕਈ ਵਾਰੀ ਇਹਦੀ ਦਾਲ ਲੱਗ ਜਾਂਦੀ ਹਾਂ ਦੈਟਸ ਅ ਗੁੱਡ ਵਨ ਤੇ ਫਿਰ ਜੀ 1982 'ਚ ਮੈਂ ਕੀਤੀ ਜੀ ਫਿਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਮੇਰੀ ਐਡਮਿਸ਼ਨ ਹੋਈ ਪ੍ਰੀਜਨਿੰਗ ਦਾ ਮੈਂ ਲਾ ਕੇ 2 ਸਾਲ ਮੇਰੀ ਡਿਗਰੀ 'ਚ ਐਡਮਿਸ਼ਨ ਨਾ ਹੋ ਸਕੀ ਡਿਪਲੋਮੇ 'ਚ ਮੈਂ ਗਿਆ 84 'ਚ ਅੱਛਾ ਜੀ ਅਤੇ 87 ਦੇ ਵਿੱਚ ਮੈਂ ਪਾਸ ਆਊਟ ਹੋਇਆ ਉੱਥੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਕੇ ਓਕੇ ਫਿਰ ਉੱਥੇ ਪ੍ਰਾਈਵੇਟ ਨੌਕਰੀ ਸ਼ੁਰੂ ਕੀਤੀ ਅਤੇ ਮੇਰਾ ਕੁਦਰਤੀ ਚਾਂਸ ਮਿਲ ਗਿਆ ਮੈਂ ਕਲਕੱਤੇ ਨੌਕਰੀ ਕਰਨ ਚਲੇ ਗਿਆ ਹਿੰਦੁਸਤਾਨ ਕੰਸਟਰਕਸ਼ਨ ਕੰਪਨੀ ਜਦ ਉੱਥੇ ਮੈਟਰੋ ਬਣਨੀ ਸ਼ੁਰੂ ਉੱਥੇ ਜਿਹੜਾ ਇੰਸਟੀਟਿਊਟ ਆਫ ਇੰਜੀਨੀਅਰਸ AMI ਇੱਕ ਸਾਡਾ ਕਹਿੰਦੇ ਨੇ ਉਹ ਮੋਸਟਲੀ ਪ੍ਰੈਕਟੀਕਲ ਦਾ ਹੁੰਦਾ ਅਤੇ ਕੁਛ ਐਗਜ਼ਾਮ ਵੀ ਹੁੰਦੇ ਨੇ ਉਹਨਾਂ ਦਾ ਹੈੱਡ ਆਫਿਸ ਹੈ ਜਿਹੜਾ ਗੋਖਲੇ ਰੋਡ ਕਲਕੱਤੇ ਸੀ ਅੱਛਾ AMI ਉਹਨੂੰ ਕਹਿੰਦੇ ਨੇ ਐਸੋਸੀਏਟ ਮੈਂਬਰ ਆਫ ਇੰਸਟੀਟਿਊਸ਼ਨ ਆਫ ਇੰਜੀਨੀਅਰ ਇੰਸਟੀਟਿਊਟ ਆਫ ਇੰਜੀਨੀਅਰ ਅਤੇ ਉਹ ਮੇਰੇ ਨਾਲ ਉੱਥੋਂ ਇੱਕ ਮੁੰਡਾ ਕਰਕੇ ਬਾਲਾ ਜੀ ਉਹਦਾ ਨਾਂ ਸੀ ਉਹ ਲੱਗ ਗਿਆ ਬਾਲਾ ਜੀ ਬੈਨਰ ਜੀ ਉਹਦਾ ਨਾਂ ਸੀ ਉਹ ਮੇਰਾ ਬਣ ਗਿਆ ਕਲੀਗ ਉਹ ਮੈਨੂੰ ਕਹਿੰਦਾ ਯਾਰ ਤੂੰ ਆਹ ਵੀ ਕਰ ਲਾ ਨਾਲ ਮੈਂ ਯਾਰ ਮੈਂ ਪੜ੍ਹਨ 'ਚ ਮੇਰਾ ਹੱਥ ਢਿੱਲਾ ਉਹ ਕਹਿੰਦਾ ਨਾ ਨਾ ਬਾਹਲਾ ਨਹੀਂ ਔਖਾ ਇਹ ਵੀ ਇਹ ਤਾਂ ਤੁਹਾਨੂੰ ਕੰਮ ਕਰਦੇ ਨੂੰ ਆ ਕੇ ਵੇਖਣਾ ਅੱਛਾ ਮਤਲਬ ਉੱਥੋਂ ਮੈਂ 3 ਸਾਲ ਰਹਿੰਦੇ ਉਹ ਨਾਲ ਕਰ ਲਈ ਉਹ BTECH ਦੇ ਬਰਾਬਰ ਹੋ ਜਾਂਦਾ ਅਤੇ 91 'ਚ ਫਿਰ ਮੈਂ ਮਿਡਲ ਈਸਟ 'ਚ ਮਸਕਟ ਐਜ਼ ਏ ਇੰਜੀਨੀਅਰ ਚਲੇ ਗਿਆ ਜੀ ਅਤੇ ਉਹ ਵੀ ਕੁਦਰਤ ਦੇਖੋ ਮਾਲਕ ਕੀ ਕਰਦਾ ਉੱਥੇ ਮੈਂ ਤੁਸੀਂ ਜਦ ਅਸਲ ਮੈਂ ਫੀਲਡ 'ਚ ਜਦ ਗਿਆ ਨਾ ਜੀ ਮੈਂ ਸਿੱਖਿਆ ਬਹੁਤ ਜਾ ਕੇ ਬਹੁਤ ਮਤਲਬ ਜਲਦੀ ਭਾਸ਼ਾ ਬਹੁਤ ਜਲਦੀ ਕਹਿਣ ਲੱਗੀ ਸੀ ਅਰਬੀ ਵੀ ਸਿੱਖੀ ਹਾਂ ਬੰਗਾਲੀ ਜਿਹੜੀ ਸਿੱਖੀ ਮੈਂ ਬੰਗਾਲੀ 3 ਮਹੀਨੇ 'ਚ ਕਲਕੱਤੇ ਦੀ ਸਿੱਖੀ ਇਸ ਤਰ੍ਹਾਂ ਹੀ ਅਰਬੀ ਵੀ 3 ਮਹੀਨੇ ਸਿੱਖੀ ਅੰਗਰੇਜ਼ੀ ਨਹੀਂ ਮੈਨੂੰ ਆਉਂਦੀ ਬਾਕੀ ਅੱਛਾ 91 'ਚ ਜੀ ਮੈਂ ਐਜ਼ ਏ ਇੰਜੀਨੀਅਰ ਉੱਥੇ
चले गया। अच्छा जी। हाँ 94 च फिर ब्याह होया। अच्छा जी। हाँ सलानी सतविंदर कौर जिंदगी च आए, वह भी नाल उत्थे हो गए। तो फिर 96 च बलराज का बर्थ होया। 97 च मैं पॉइंट सिस्टम से इत्थे आ गया। अच्छा, इंजीनियर ट्रेनी रख दे सिख दे हौली हौली तरक्की कर दे ते जब मैं छड़ के मैं डिविजनल इंचार्ज सी 450 बंदा काम करता है मेरे को ते मैं आउंदा नहीं सी। भाई साहब 99 पीएचडी करन आ गए, कहिंदे यार इत्थे कैटेगरी आ खुली आ 97 दे विच जद खुली सी, कहिंदे तू पॉइंट सिस्टम ते अप्लाई कर दे। मैं कहा चल, कहिंदे कर दे। मैं कहा जी तुसीं उह कर दो। उह कहिंदा मैं भेज दिंदा, तू दस्तखत कर दी। उन्होंने एप्लीकेशन भेज दी, मैं कोरियर करती। 3.5-4 महीने च विदाउट इंटरव्यू मैंने उन्होंने इमीग्रेशन दी। देखो मकदरा दी जिहड़ी कहानी, रियाद च अप्लाई किया कोई करदा नहीं सी। अच्छा अच्छा। 97 च फिर मैं मार्च च इत्थे आया। वाह जी वाह, कमाल है जी। सो बहुत वधिया लग रहा तुहाडे नाल गल्लां करना। एक कमर्शियल ब्रेक लैने आ, उस तो बाद वापस आने ते फिर जानते हैं कि कैनेडा दे विच आके की कुछ होया ते किद्दां रेडियो चाहे ए सब सुनदे रहो शेर पंजाब रेडियो एएम 600। अज हरजीत सिंह गिल होरां दे नाल इंटरव्यू चल रही है, उन्हां बारे जानकारी हासिल कर रहे हैं। एएम 600 शेर पंजाब रेडियो तुहाडा अपना फेवरेट न्यूज़ टॉक स्टेशन सुन रहे हो। निम्मी डोला शो और निम्मी डोला शो विच अज गलबात चल रही है सरदार हरजीत सिंह गिल होरां दे नाल। सो गेस्ट बन के अज उन्हां नूं असीं कुछ कुछ सवाल कर रहे हैं, उन्हां दी जिंदगी बारे जान रहे हैं। सो कनेडा पहुंचे सी असीं 1999 वीर जी। बेसमेंट रेंट ते लै ली $450 ते 69 126 स्ट्रीट। अरे वाह। मैं क्या भी घर बार मैं बंदा तो तुम आयो 3 महीने बाद। 3 महीने बाद सतविंदर ते बलराज ये आ गए। अच्छा। तो बस जिंदगी शुरू। 3 महीने च लाइसेंस लै लिया। जिन्हें दोस्त सी नाल पढ़े हुए सुखपंदेर अमृतपाल तूर वो ट्रकिंग इंडस्ट्री से, वो कहते मित्रा अच्छा आके पता किया इमीग्रेशन जिहड़ी होई वो कहते भी घट्टो घट्ट मैनू उन्होंने जब मैं पूछया उदे बाद जिहड़ी एसोसीएशन ऑफ पंजाबी इंजीनियर्स बाद च बनती है जी। अच्छा। उस समय कोई मैं जिन्हें लभे कोई पंजाबी इंजीनियर नहीं सी 97 दे विच। अविनाश होनी मेरे ख्याल पहले आए पढ़ के इत्थे मनवैत होनी ते वो कहिंदे बई जिहड़ी एसोसीएशन ऑफ प्रोफेशनल इंजीनियर सी वो अबाउट 27-28 एग्जाम्स कहिंदे सी। भाई साहब बड़े पी एच डी खत्म करके शार्लेटॉन पढ़ाउण लग गए सी प्रिंस एडवर्ड आइलैंड। वो कहिंदे तू उरे आ जा तू पढ़ लग। मैं वीर जी हुण मेरे मैं तो पढ़ने वेले नहीं पढ़ होया मेरे है ना बई हुण हुण तो मैं मतलब 30 साल का हो गया जवाक है बई मैं तो हुण जिंदगी शुरू करनी। जी। लो जी एवेंचुअली जब उन्होंने कहा पढ़ पुण की गल एग्जाम्स की मैं की बर्न भी जो जाते क्रडेंशियल वगैरह जो मैं कर आता फिर ही गया। अच्छा चलो कंप्यूटर डिजाइन सीख लेने नक्शे नुक्शे बनाया करांगे किस नाल लग जाए। मेरा मन सी भी मैं यार 12 साल काम किया मैं अपने काम च मैनूं मिल जाए पर कुछ नहीं सी उस ते। मैं एक दो मैं उत्थे जब छड़ के आया ना जी मस्कट लास्ट मेरा प्रोजेक्ट जिहड़ा सी यमन दे बॉर्डर ते सी रोड जिहड़ी डिपार्टमेंट सी साड़ी एसफॉल्ट उहदा मैं इंचार्ज सी। मैं आके इत्थे पेविंग वाले एक दो नूं फोन कीता नहीं तुसीं इह जिहड़ा पौने एसफॉल्ट तुहानूं इंजीनियर चाहिए। वह कहे नहीं इंजीनियर नहीं सानूं चाहिए सानूं व्हील बैरो लई बंदा चाहिए व्हील बैरो वाला बंदा चाहिए। मैं ये क्यों कहता भाई साहब अच्छा 10 फुट by 10 फुट पाने ये इंजीनियर एवेंचुअली की होया जी। मैं ट्रक ते चले गया। अच्छा। लाइसेंस मैं क्लास 1 लै लिया ते मैं ट्रक ते चले गया। छ
6 महीने मैं ट्रक ते रहा, पिछों ये औखे हो गए, कोई जा कोई नहीं सी, कोई रिश्तेदार, कोई भैन, कोई भाई, एक दो दोस्त सी सुखदेर अमृतपाल तूर, होर कोई नहीं सी रिश्तेदार, कोई नहीं, वीर जी अटलांटिक। चलो जी, उन्होंने 5,000-7,000 डॉलर मैं भेजा, वो फर्नीचर ले लिया, 1,500 की गड्डी ले ली, कटलस सीरा काली, तो लाइसेंस मेरे को हैगा सी, बलराज सिंह, मतलब मैं इन्ना स्टिगमे चो चले गया, मतलब दुख की कहानी। वो जब कित ट्रक वेख्या करे, ट्रक वेख के रोया कर, भाई ये ट्रक मेरे फादर नू ले जाओ। तो मैं 20वें दिन मुड़ना, 21वें दिन मुड़ना, रियली हार्ड, बहुत बहुत औखा। लो जी, 98 दिसंबर आ गया, 98 दिसंबर चो कहते भाई मुड़ के मैं करके कोर्स जस्टिस इंस्टीट्यूट तो भी यार टैक्सी चला लगे, टैक्सी नौशो टैक्सी उदन भाइया ने सब तो बद पैसे दिते मेरे ने, नौशो टैक्सी पहला चलाई 6 महीने, 6 महीने चलाने बाद उत्थे खरीद ली, खरीद के फिर मैं 2002 तक को टैक्सी चलाई, टैक्सी वेच के पहला घर बनाया। क्या बात, बस उसके बाद कारपेट का बिजनेस शुरू कर लिया, वह 2009 तक किया, 9 च इत्थे आ गए। ये मेरे अच्छा रेडियो का मन च क्यों आया, बिल्कुल रेडियो शुरू होया 2000 दे विच, बिल्कुल ज्यादा 1500 साइड बैंड ते संतोख सिंह गिल गल्लां करया करन जी, कितना कितने जिहड़ी उत्थे भी 84 दे विच, चाहे मेरी 17 वर्यां दी उम्र सी निम्मी जी, पर उह कितना कितने मेरे नाल रहा, उह मेरा समा मेरे नाल रहा, वह अपनी मर्जी आ, कॉलेज दे विच साडे गुरु नानक इंजीनियरिंग कॉलेज दे विच बहुत सी जिहड़े जिन्हां नूं उस नाल मतलब भी नहीं सी, हाँ बहुता नूं इह सी वी उह मतलब साडे लई बहुत सी, साका सी जिहड़ा होया, ते उह किते ना किते हालांकि परिवार वालों पिता जी दी शराब बयान सिंह नाल बहुत दोस्ती सी, बहुत नेड़े सिंस 58 जदों ब्लाक समिति की चोण लड़िया तो पहली वोट अपने मेरे दादा जी ने उन्हूं पाई सी, ते होर कोई नहीं सी, फाल साहब बहुत क्लोज सी, ते साडा रुझान क्योंकि असी जवान उहदे च होए, इउं नहीं सी बई कोई डिफरेंस सी, पर मैनूं ऐ लगदा वी यार साडे नाल धक्का होया, वो मेरे नाल ही आ, हुण वी मेरे नाल ही आ, लोकां नूं वी पता ही आ। इत्थे आ के फिर मेरे मन दे विच आया वी यार रेडियो ते किते बहना, अच्छा हुण जिहदे ते बहना कहोगे किहनूं, जिहड़े थोड़े दोस्त ने पहलां विच उहनां नूं कहांगे, उह कहे ना 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 इह कुछ नहीं, इह सब तों माड़ा कम है, इह च कोई पैसा नहीं, कोई धेला नहीं, तूं जवाक जल्ला पाल घर बणा लै, मैं जद कहना ना 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 इट्स नॉट फॉर यू। चलो 2009 दे विच जद घर बार बन गया, जवाक पढ़न लग गए, फिर मेरे मन च आवाज़ उठे, मैं कहा यार भी मैं जाना। उन्हां दिनां च उदों एक साल पहला डॉक्टर छिंदरपुरेवाल उन्हां नाल मेरी इंट्रोडक्शन हो गई, असी क्लोज हो गए, डॉक्टर छिंदरपुरेवाल नूं मैं कहा, मैं कहा भाई जी यार मेरा जी करदा, वो कहिंदा कल्ले कोई नहीं चल कल्ली चलीए कल नूं वादां कोल, इत्थे आ गए सुखी बाद उन्हां नूं मिले, वो कहते मैं गोल करके मुछा मूहरे बैठा, मैनू कहते तुसी की सुनाओगे मैं क्या ढाडी सुनाया करू ढाडी है ना वो कहते मैं क्या भी तनखा तनखूह की कोई गल, वो कह नहीं नहीं तुसी प्रशादा गुरुद्वारे छकया करना मेरे लिए लै कर फिलअप लई मैनूं समां मिलिया। पहले दिन दी सुनाई है मैं तुहानूं, मैं पूरा गर्म गल्लां कर दईदियां, खिच दईदा कहानी कुछ भी ना, मैं बह गया जैस मेरे पिछे खड़ी, मेरिया 20 मिनट गल्ला मुक गया एडवरटाइजमेंट कोई नहीं, फोन वाल मैं झाकदा कोई मैनूं फोन नहीं कर रहा, जिहड़ा अज आपां गल्लां करदे ना कालर तां एवें हुंदे ने, मैं 3 साल कालरां नूं देखदा रहा, और करो कोई फोन तां करो क्योंकि मापदंडे ब्रॉडकास्टर दा कालर ते एडवरटाइजमेंट, बिल्कुल बिल्कुल बिल्कुल, ते हुण तां खैर बहुत करन लग गए जी, जद तक ऑन एयर कोई गल नहीं सी करदा, अज मैं तां हले 12 वर्यां दी करदा गल, सितंबर 2009 च फिर फुल टाइम लोक साथ आपां शुरू, जद तुसीं आ गए सी, हां जी हां जी उस टाइम ते, उहनां दिनां दी गल है, बाकी आ सफर 12 वर्यां दा तुहाडे नाल इकट्ठे ही आपां, बिल्कुल ਇਹਦੇ ਬਾਰੇ ਕੋਈ ਪੁੱਛਣਾ ਹੋਰ ਪੁੱਛ, ਬਿਲਕੁਲ ਪੁੱਛਦੇ ਹਾਂ ਜੀ, ਇੱਕ ਬ੍ਰੇਕ ਲੈਂਦੇ ਹਾਂ ਫਿਰ ਵਾਪਸ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਰੇਡੀਓ ਦਾ ਸਫ਼ਰ ਕਿਹੋ ਜਿਹਾ ਰਿਹਾ ਸਰਦਾਰ ਹਰਜੀਤ ਸਿੰਘ ਗਿੱਲ ਦਾ। ਜੀ ਸੋਵੀ ਜੀ,
ਜਿਵੇਂ ਤੁਸੀਂ ਦੱਸਿਆ ਕਿ ਫਿਰ ਆ ਗਏ ਤੁਸੀਂ ਰੇਡੀਓ ਤੇ, ਹਾਂਜੀ, ਜਿੱਥੋਂ ਹੋ ਗਿਆ ਸ਼ੁਰੂ ਇਹ ਬੜਾ ਹੀ ਰੰਗੀਨ ਸਫ਼ਰ ਕਹਿ ਸਕਦੇ ਹਾਂ, ਕਲਰਫੁਲ ਅਪਸ ਐਂਡ ਡਾਊਨਸ ਚੱਲਦੇ ਰਹੇ ਲਾਈਫ ਦੇ ਵਿੱਚ, ਉਹ ਇੱਕ ਪਾਸੇ ਸਟਰਗਲ ਇੱਕ ਪਾਸੇ, ਉਹ ਭੁੱਲਦੀ ਨਹੀਂ ਕਦੇ ਵੀ, ਜੋ ਵੀ ਇੱਥੇ ਆ ਕੇ ਕੈਨੇਡਾ ਕੀਤਾ, ਜਾਂ ਉਹ ਜਿੱਦਾਂ ਤੁਸੀਂ ਬਲਰਾਜ ਦੀ ਗੱਲ ਕਰ ਰਹੇ ਸੀ ਟਰੱਕ ਵੇਖ ਕੇ ਜੋ ਉਹਨੂੰ ਹੁੰਦਾ ਕਿ ਮੇਰੇ ਫਾਦਰ ਇੱਥੇ ਨਹੀਂ, ਉਹ ਭਾਵੇਂ ਹੁਣ ਜਿਸ ਮਰਜ਼ੀ ਮੁਕਾਮ ਤੇ ਪਹੁੰਚ ਜਾਈਏ ਉਹ ਗੱਲਾਂ ਦਿਮਾਗ 'ਚ ਹਮੇਸ਼ਾ ਰਹਿਣਗੀਆਂ। ਮਿਹਨਤ ਬਹੁਤ ਹੈ ਨਾ, ਮਿਹਨਤ ਕੀਤੀ ਹੈ। ਸੋ ਫਿਰ ਰੇਡੀਓ 'ਚ ਜਦੋਂ ਤੁਸੀਂ ਆਏ, ਸੋ ਉਹ ਸਫ਼ਰ ਕਿਹੋ ਜਿਹਾ ਰਿਹਾ, ਕਿਹੋ ਜਿਹੇ ਕਾਲਰਸ, ਕਿਹੋ ਜਿਹੇ ਸ਼ੋਜ਼, ਕਿਉਂਕਿ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਸੱਥ ਸਜਾਉਣੀ ਸ਼ੁਰੂ ਕੀਤੀ, ਉਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਕਦੇ ਸੱਥ ਵਿੱਚ ਜਾਣ ਦਾ ਸੁਭਾਗ ਮਿਲਿਆ ਉੱਥੇ ਜਦੋਂ ਇੰਡੀਆ ਹੁੰਦੇ ਸੀ, ਕਦੇ ਆਪਾਂ ਬੈਠੇ ਆ ਕਿ ਦੇਖਿਆ ਬਾਬਿਆਂ ਨੂੰ ਬੈਠਿਆਂ ਨੂੰ। ਬਿਲਕੁਲ ਜੀ, ਉੱਥੋਂ ਹੀ ਲੈ ਕੇ ਆਇਆ ਪਿੰਡ ਦੇ, ਉੱਥੋਂ ਸਾਰੀਆਂ ਗੱਲਾਂ ਹੋ ਗਈ, ਰਾਈਟ। ਇੱਕ ਤਾਂ ਪਿਛਲੇ 20 ਵਰਿਆਂ ਦੇ ਵਿੱਚ 20 ਜਿਹੜੇ 18-19 ਟ੍ਰਿਪ ਉੱਥੇ ਦੇ ਪੰਜਾਬ ਦੇ, ਮਤਲਬ ਉਹ ਜਿਹੜੀ ਆਪਾਂ ਨੂੰ ਪਿੰਡ ਦੀ ਇੱਕ ਮਹਿਕ ਆ ਨਾ, ਉਹੀ ਦਿੰਦੇ ਹਾਂ ਜੀ। ਹੋਰ ਮੈਂ ਜੇ ਕਹਾਂ ਵੀ ਮੈਂ ਬਹੁਤ ਬਹੁਤ ਉੱਚ ਕੋਟੀ ਦਾ ਜਰਨਲਿਜ਼ਮ ਕਰਦਾ, ਇਹ ਕਰਦਾ, ਮੈਂ ਨਹੀਂ ਕਰਦਾ, ਸੱਚ ਹੈ। ਮੇਰੇ ਖਿਆਲ 'ਚ ਅਸਲ 'ਚ ਲੋਕ ਚਾਹੁੰਦੇ ਵੀ ਕਈ ਵਾਰੀ ਇਹੀ ਗੱਲਾਂ ਨੇ, ਜਰਨਲਿਜ਼ਮ, ਯੈਸ, ਬਹੁਤ ਵਧੀਆ ਗੱਲ ਹੈ ਸਾਰੇ, ਕਿਉਂਕਿ ਅਸੀਂ ਨਹੀਂ ਕੀਤੀ ਹੋਈ ਸ਼ਾਇਦ, ਸਾਨੂੰ ਲੱਗਦਾ ਕਿ ਇਹ ਵੀ ਵਧੀਆ, ਦਿਸ ਇਜ਼ ਗੁੱਡ। ਮੈਂ ਮੰਨਦਾ ਵੀ ਪੇਪਰ ਚਾਹੀਦਾ, ਹਾਂ, ਤੇ ਪਰ ਜੇ ਤੁਸੀਂ ਲੋਕਾਂ 'ਚ ਜਜ਼ਬ ਨਹੀਂ ਹੋਏ, ਦਿਲ ਮਿਲਣਾ ਚਾਹੀਦਾ, ਫਿਰ ਜਿਹੜਾ ਪੜ੍ਹਾਈ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਕਈ ਵਾਰ ਸਮੀਰ ਉਹਨਾਂ ਨੂੰ ਕਹਿਣਾ ਹੁੰਦਾ, ਸਰਮੀਤ ਨੂੰ, ਆਮ ਬੱਚਿਆਂ ਨੂੰ ਕਹਿਣਾ, ਮਨਜਿੰਦ ਇਹਨਾਂ ਨੂੰ, ਆਪਣੇ ਮਨਿੰਦਰ ਉਹਨਾਂ ਨੂੰ, ਵੀ ਨਹੀਂ ਯਾਰ ਉਹ ਜ਼ਰੂਰੀ ਹੈ ਉਹਦੇ ਤੋਂ। ਪਰ ਸ਼ੁਰੂ ਤੋਂ ਮੈਂ ਕਹਾਂ ਵੀ ਟ੍ਰਾਂਜੀਸ਼ਨ ਇੱਕ ਪੀਰੀਅਡ ਹੈ ਜੀ, ਤੁਸੀਂ ਬਹੁਤ ਕੁਛ ਸਿੱਖਦੇ ਹੋ ਇਹਦੇ 'ਚ, ਚੈਲੇਂਜਸ ਆਉਂਦੇ ਨੇ, ਮੈਨੂੰ ਬਹੁਤ ਜ਼ਿਆਦਾ ਆਏ ਇਹਦੇ 'ਚ, ਕਿਉਂਕਿ ਮੇਰਾ ਰੰਗ ਢੰਗ ਗੱਲ ਕਰਨ ਦਾ ਅਲੱਗ ਸੀ ਬਹੁਤ। ਲੋਕ ਕਹਿੰਦੇ ਖੰਗੂਰੇ ਮਾਰੀ ਜਾਂਦਾ ਯਾਰ, ਇਹ ਕੀ ਕਰਦਾ, ਜਿਉਂ ਸ਼ੁਰੂ ਕੀਤੀ ਗੱਲ, ਹੁਣ ਜਿੱਦਣ ਮੈਂ ਮਾਰਦਾ ਨਹੀਂ ਉਦੋਂ ਕਹਿੰਦੇ ਬਾਕੀ ਲੱਖਣ ਲੋਕ ਜਿਵੇਂ ਮਰਜ਼ੀ ਲਾਈ ਜਾਣ, ਮੈਂ ਕਿਸੇ ਨੂੰ ਕੰਟਰੋਲ ਨਹੀਂ ਕਰਦਾ। ਪਰ ਮੈਂ ਇੱਕ ਗੱਲ ਇਸ ਸਫ਼ਰ ਦੇ ਵਿੱਚ ਵੇਖੀ ਆ, ਬਈ ਲੋਕ ਹੀ ਨੇ ਨਿੰਮੀ ਜੀ, ਆਹ ਇੰਸਟੀਟਿਊਟ ਨੂੰ ਵੀ ਚਲਾਉਣ ਵਾਲੇ ਸਾਨੂੰ ਵੀ ਕਰਨਗੇ, ਜਿਹਨੇ 20-20 ਘੰਟੇ ਟੈਕਸੀ ਚਲਾਈ ਹੋਵੇ ਨਾ, ਏਅਰਪੋਰਟ ਤੇ ਟੈਚੀ ਰੱਖੇ ਹੋਣ, ਜਦ ਉਹਨੂੰ 3 ਘੰਟੇ 'ਚ ਜਵਾਕ ਪਾਲਦਾ ਬੈਠ ਕੇ, ਵਧੀਆ ਕੱਪੜੇ ਪਾ ਕੇ ਬਹਿਣਾ, ਲੋਕ ਤੁਹਾਨੂੰ ਸੁਣਦੇ ਨੇ, ਤੁਹਾਡੇ ਕੋਲ ਸਵਿਚਸ ਨੇ ਵੀ ਮੈਂ ਕਿਸੇ ਦੀ ਸੁਣਨੀ ਆ ਜਾਂ ਨਹੀਂ ਸੁਣਨੀ, ਇਹ ਤੁਸੀਂ ਮਾਣ ਦੇਣਾ ਜਾਂ ਨਹੀਂ ਇਹ ਤੁਹਾਨੂੰ ਪਤਾ, ਪਰ ਤੁਹਾਡੇ ਕੋਲ ਇੱਕ ਉਹਨਾਂ ਜ਼ਰੀਆ ਜ਼ਰੂਰ ਆ ਵੀ ਚੰਗਾ ਬਈ ਰਹਿਣ ਦੇ ਨੈਕਸਟ ਕਾਲਰ, ਠੀਕ ਹੈ ਨਾ ਬਈ। ਮੈਂ ਹਰਜੀਤ ਦੀ ਉਪਮਾ ਹੋ ਗਈ ਤਾਂ ਤੂੰ ਬੋਲੀ ਚੱਲ, ਜਿਹਨੇ ਮਾੜਾ ਕਹਿੰਦਾ ਨੂੰ ਵੱਢ ਦੇ, ਅਤੇ ਇਹ ਬੜਾ ਔਖਾ ਲੱਗਦਾ ਇਹ, ਪਰ ਇਹ ਬਹੁਤ ਔਖਾ ਕੰਮ ਆ। ਜੇ ਤੁਸੀਂ ਕਹੋ ਨਾ ਵੀ 3 ਘੰਟੇ ਤੁਸੀਂ ਏਅਰ 'ਤੇ ਹੋ, ਮੈਂ 3 ਨਾਲ ਨਹੀਂ ਗੱਲ ਨਿਬੜਦੀ, ਇਹ ਤਾਂ ਸਾਰਾ ਦਿਨ ਨਵਜੋਤ ਹੋਣੀ ਕਹਿੰਦੇ ਮੈਂ ਥੱਕ ਗਈ ਇੱਕ ਦਿਨ, ਮੈਂ ਸਰੈਂਡਰ ਕਰ ਗਈ ਵੀ ਮੈਂ ਹੈਰਾਨ ਹੋ ਗਿਆ, ਹੈ ਨਾ। ਇਹ ਨਾਲ ਹੀ ਰਹਿੰਦਾ ਜੀ, ਅਰਾਊਂਡ ਦਾ ਕਲੋਕ, ਸੈਟਰਡੇ ਸੰਡੇ ਤੁਹਾਨੂੰ ਸਾਰੇ ਹੀ ਮਤਲਬ ਫੋਨ। ਅੱਛਾ, ਫਿਰ ਜਿੱਦਣ ਤੁਸੀਂ ਘਰ ਦੇ ਉਹਨਾਂ ਦੇ ਮੈਂਬਰ ਬਣ ਜਾਂਦੇ ਹੋ, ਘਰ ਦੇ ਮੈਂਬਰ ਦੀ ਉਹ ਗੱਲ ਆ, ਇੱਕ ਦਿਹਾੜੀ 'ਚ $4,00,000 ਤੁਹਾਨੂੰ ਦਿੱਤਾ, ਸਾਡੇ ਪਰਿਵਾਰ ਨੇ ਬਾਹਰ ਬੈਠੇ, ਚਾਰ ਲੱਖ ਰੋੜੀਆਂ ਇਕੱਠੀਆਂ ਕਰਨੀਆਂ ਤਾਂ ਉਹਨੂੰ ਟੱਬਰ ਦੇ 20 ਜੀ ਚਾਹੀਦੇ ਨੇ, ਦਿਹਾੜੀ 'ਚ ਹੋਣੀ ਨਹੀਂ, $4,00,000 ਇਕੱਠੇ ਕਰਨਾ, ਜਿੱਥੇ $1 ਦਾ ਮੁੱਲ ਹੈ। ਜਾਂ ਤੁਸੀਂ ਅਡੈਪਟ ਕਰ ਲਿਆ ਉਹਨਾਂ ਨੂੰ, ਉਹਨਾਂ ਨੇ ਤੁਹਾਨੂੰ ਕਰ ਲਿਆ, ਫਿਰ ਤੁਸੀਂ ਹੁਣ ਮੈਨੂੰ ਜਿਹੜੀ ਜ਼ਿੰਦਗੀ 'ਚ ਮੇਰੇ ਸਰਕਲ ਦੇ ਵਿੱਚ ਉਹ ਹਰ ਇੱਕ ਚੀਜ਼ ਮੇਰੇ ਨਾਲ ਸਾਂਝੀ ਕਰਦੇ ਨੇ, ਪਰਿਵਾਰ ਦੀ, ਬੱਚਿਆਂ ਦੀ, ਘਰਵਾਲੀ, ਘਰਵਾਲਾ, ਬਹੁਤ ਭੈਣਾਂ ਦੇ ਜਿਨ੍ਹਾਂ ਦੇ ਮਾਣ ਨਾਲ, ਜਿੱਦਣ ਮੈਂ ਹੁਣ ਧੀਆਂ ਦੇ ਪ੍ਰੋਗਰਾਮ ਕਰ ਰਿਹਾ 3 ਵੀਕ ਦਾ, ਉਹ ਦੱਸਦੀਆਂ ਨੇ ਵੀ ਅਸੀਂ ਕਿਹਦੇ ਥਰੂ ਗਏ ਜਾਂ ਸਾਡੇ ਕੁੜੀਆਂ ਹੋਈਆਂ, ਅਸੀਂ ਕਿਵੇਂ ਗਏ, ਹਾਲਾਂਕਿ ਉਹਨਾਂ ਉਹ ਵੀ ਨੌਂ ਤਾਂ ਮੈਂ ਕਹਿ ਨਹੀਂ ਸਕਦਾ, ਪਰ ਉਹ ਪੇਨ ਆ ਇਹਦੇ ਵਿੱਚ। ਅੱਛਾ, ਤੁਹਾਨੂੰ ਨਿੱਜੀ ਜ਼ਿੰਦਗੀ ਜੀ, ਇਹਨੂੰ ਕਰਦੇ ਕਰਦੇ ਜਿਹੜੀ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਂਦੀਆਂ, ਕਿਉਂਕਿ ਇੱਕ ਤੁਹਾਡੇ ਯਾਰਾਂ ਦੀ ਤੁਹਾਡੇ ਨਾਲ ਧਾੜ ਖੜਨੀ ਹੈ, ਇੱਕ ਬੰਦੇ ਤੁਹਾਡੇ ਦੁਸ਼ਮਣਾਂ ਦੀ ਵੀ ਬਰਾਬਰ ਖੜਨੀ ਹੈ, ਜ਼ਿਆਦਾ ਵੱਡੀ ਜ਼ਿਆਦਾ, ਅਤੇ ਉਹਨਾਂ ਨੂੰ ਜਿੱਦਣ ਸਮਾਂ ਤੁਹਾਨੂੰ ਦੱਬਣ ਲਈ ਮਿਲ ਗਿਆ, ਉਹ ਜ਼ਿੰਦਗੀ ਦਾ ਕੋਈ ਰੰਗ ਹੋਵੇ, ਚਾਹੇ ਉਹ ਤੁਸੀਂ ਆਪਣੀ ਇਸ ਤੋਂ ਮਾਈਕ ਤੋਂ ਹਟ ਕੇ ਕਿਤੇ ਵੀ ਹੋਵੋ, ਚਾਹੇ ਕੱਲ੍ਹ ਨੂੰ ਜਵਾਕ ਜੱਲਿਆਂ ਦੇ ਵਿਆਹਾਂ ਦੀ ਗੱਲ ਚੱਲਣੀ ਹੈ ਉਹਦਾ ਹੋਵੇ, ਜਾਂ ਮੇਰੇ ਰਾਜਨੀਤਿਕ ਸਫ਼ਰ ਦੀ ਗੱਲ ਹੈ, ਫਿਰ ਉੱਦਣ ਉਹ ਕਹਿੰਦਾ ਵੀ ਹੁਣ ਪੁੱਤ ਆਇਆ ਸੂਤ,
ਹੁਣ ਬਣਾਵਾਂਗੇ ਬੰਦਾ ਤੇ ਠੀਕ ਆ ਜਿੱਦਣ ਮੈਂ ਉਹਨਾਂ ਚੋਂ ਨਿਕਲ ਗਿਆ ਹਾਲਾਂਕਿ ਮੈਂ ਨਹੀਂ ਟਿੱਕੇ ਹੋਏ ਕੌਣ ਨੇ ਮੈਨੂੰ ਪਤਾ ਵੀ ਨਹੀਂ ਮੈਨੂੰ ਕੌਣ ਹਾਂ ਕੁਛ ਜਿਹੜੇ ਮੈਨੂੰ ਓਪਨਲੀ ਬੋਲਦੇ ਉਹਨਾਂ ਦਾ ਮੈਨੂੰ ਪਤਾ ਵੀ ਆਹ ਬੰਦੇ ਮੈਨੂੰ ਖਿਲਾਫ਼ ਬੋਲਦੇ ਪਰ ਸਰਦਾਰ ਜਸਵੀਰ ਸਿੰਘ ਗਰੇਵਾਲ ਉਹਨਾਂ ਨੇ ਪਿਛਲੇ ਦਿਨ ਜਿਹੜੀ ਗੱਲ ਕੀਤੀ ਨਾ ਵੱਡੇ ਭਰਾ ਨੇ ਮੈਨੂੰ ਬਹੁਤ ਉਹਨਾਂ ਨੇ ਸਿਖਾਇਆ ਜਿਹੜੇ ਸਰਦਾਰ ਜੀ ਕਹਿ ਕੇ ਬਹੁਤ ਵਧੀਆ ਸ਼ਬਦ ਬੋਲੇ ਉਹ ਮੈਂ ਮੁਲਾਂਕਣ ਕਰ ਰਹੇ ਸੀ ਆਪਾਂ ਮੈਨੂੰ ਕਹਿੰਦੇ ਬਹੁਤ ਟ੍ਰਾਂਜੀਸ਼ਨ ਹੋਈ ਆ 11 12 ਵਰਿਆਂ 'ਚ ਤੁਸੀਂ ਹੁਣ ਸਹਿਣ ਕਰਦੇ ਹੋ ਅੱਗੇ ਸਹਿਣ ਨਹੀਂ ਸੀ ਕਰਦੇ ਉਹ ਕਹਿੰਦੇ ਕੱਲ੍ਹ ਨੂੰ ਮਾਈਕ ਛੱਡ ਦੇ ਅਤੇ ਤੈਨੂੰ ਕਹਿਣਾ ਹੀ ਨਹੀਂ ਕਿਸੇ ਨੇ ਕੌਣ ਆ ਹਰਜੀਤ ਸਿੰਘ ਕੱਲ੍ਹ ਨੂੰ ਮੈਂ ਮਾਈਕ ਛੱਡ ਦੇਵਾਂ ਹੂ ਇਜ਼ ਹਰਜੀਤ ਸਿੰਘ ਨੋ ਬੜੀ ਕੇਅਰਸ ਹੈ ਉਹ ਕਹਿੰਦਾ ਵੀ ਤੁਹਾਡੇ ਕੰਮ ਕਰਕੇ ਤੇਰੀ ਵਿਰੋਧਤਾ ਹੈ ਜਿਹੜਾ ਕੰਮ ਕਰਦਾ ਹਰਜੀਤ ਸਿੰਘ ਦੀ ਨਹੀਂ ਵਿਰੋਧਤਾ ਹੈ ਤੁਹਾਡੇ ਤੇਰੇ ਗੱਲ ਕਰਨ ਦੀ ਵਿਰੋਧਤਾ ਸ਼ਬਦਾਂ ਦੀ ਵਿਰੋਧਤਾ ਸੋ ਇਹ ਸੌ ਹਾਂ ਇਹ ਕੱਢ ਲਓ ਤੁਸੀਂ ਬਹਿੰਦੇ ਹੀ ਕੋਈ ਪਾ ਦਿਓ ਵਿਵਾਦ ਵਾਲੀ ਗੱਲ 'ਤੇ ਦੋ ਘੰਟੇ ਬੈਠੇ ਰਹੋ ਬਿਲਕੁਲ ਜੇ ਤੁਸੀਂ ਇਹਦੇ ਵਿੱਚੋਂ ਮੈਂ ਹੁਣ ਇਸ ਤਰ੍ਹਾਂ ਸੋਚਣ ਇਹਨੂੰ ਸੋਚਦਾ ਜੀ ਜਿਹੜੇ ਹੁਣ 5-7 ਵਰੇ ਜਿਹੜੇ ਲਾਉਣੇ ਨੇ ਮੇਰਾ ਮਨ ਆ ਵੀ ਮੈਂ 7 ਵਰੇ ਹੋਰ 60 ਤੱਕ ਮੈਂ ਕਰਨਾ ਮੇਰਾ ਮਨ ਹੈ ਬਾਕੀ ਗੁਰੂ ਪਾਤਸ਼ਾਹ ਨੂੰ ਪਤਾ ਉਹਨੇ ਕੀ ਕਰਾਉਣਾ ਮੇਰਾ ਦਿਲ ਦੀ ਮੰਗ ਆ ਮੈਂ 5-7-60 ਸਾਲ ਦੇ ਦਿਉ ਮੈਂ ਬਾਅਦ 'ਚ ਮੇ ਵੀ ਕਰਾਂ ਪਤਾ ਨਹੀਂ ਕੀ ਹੋਣਾ ਲੱਗੇ ਰਹੋ ਪਰ ਤੁਹਾਡਾ ਪਲਾਨ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਕੰਮ ਕਰ ਸਕਦੇ ਮੈਂ ਨਾ ਇਹ ਹੋਰ ਤਰੀਕੇ ਨਾਲ ਇਹਨੂੰ ਕਰਨਾ ਚਾਹੁੰਦਾ ਸਾਲਾਂ ਤੋਂ ਸਾਲ ਬਾਅਦ ਯਾਰ ਗੱਲਾਂ ਬਹੁਤ ਹੋ ਗਈਆਂ ਧਰਮ ਦੀਆਂ ਵੀ ਹੋ ਗਈਆਂ ਬਹੁਤ ਕਰ ਲਈਆਂ ਮੈਂ ਉਹ ਕਰਨੀਆਂ ਰਹਿਣੀਆਂ ਨਾਲ ਉਹ ਤਾਂ ਵਿੱਚੋਂ ਆਪ ਨਿਕਲਣਾ ਹੀ ਆਪ ਆ ਜਿਹੜਾ ਮੈਂ ਨਹੀਂ ਕਹਿੰਦਾ ਮੈਂ ਧਰਮੀ ਬੰਦਾ ਪਰ ਮੈਨੂੰ ਜਿਹੜਾ ਮੇਰੇ ਇੱਕ ਗੱਲ ਬਹੁਤ ਤੰਗ ਕਰਦੀ ਹੈ ਜਿਹੜਾ ਸਿੱਖਾਂ ਨਾਲ ਧੱਕਾ ਹੋਇਆ ਨਾ ਉਹ ਮੈਨੂੰ ਬਹੁਤ ਬੋਦਰ ਕਰਦਾ ਨਿੱਜੀ ਤੌਰ 'ਤੇ ਮੇਰੇ ਨਾਲ ਨਹੀਂ ਹੋਇਆ ਨਾ ਮੈਂ ਕਿਸੇ ਉੱਥੇ ਮੂਵਮੈਂਟ 'ਚ ਇਨਵੋਲਵ ਸੀ ਨਾ ਮੈਂ ਵਾਂਟਡ ਸੀ ਇੱਥੇ ਬਹੁਤ ਗੱਲਾਂ ਲੋਕ ਕਰਦੇ ਨੇ ਮੇਰੀ ਜਦ ਨੋਮੀਨੇਸ਼ਨ ਹੋਈ ਆ ਲੋਕਲ ਥਾਣੇ ਦੇ ਵਿੱਚੋਂ ਪੇਪਰ ਕਢਾਉਣ ਚਲੇ ਗਏ ਬੰਦੇ ਬਈ ਇਹਦੇ ਦੱਸੋ ਕਿੰਨੇ ਕੇਸ ਨੇ ਕੁਛ ਨਹੀਂ ਆਇਆ ਜਾਂ ਨਥਿੰਗ ਲਾਈਕ ਦੈਟ ਮੈਂ ਕਿਉਂਕਿ ਅਸੀਂ ਉਸ ਸਮੇਂ 'ਚ ਮੈਂ ਪੈਦਾ ਹੋਇਆ ਜਦ ਸਾਡੇ 'ਤੇ ਜਿਹੜਾ ਉਹ ਸਮਾਂ ਦਮਨ ਦਾ ਚੱਲ ਰਿਹਾ ਸੀ ਔਰ ਉਹ ਰੰਗ ਦਾ ਮੈਂ ਮਾਣ ਵੀ ਕਰਦਾ ਉਹ ਰੰਗ ਦਾ ਮੈਨੂੰ ਨੂਰ ਆ ਉਹ ਚੀਜ਼ ਦੀ ਮੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ 30 ਮਾਰਕ ਹਾਂ ਪਰ ਉਹ ਮੇਰੇ ਨਾਲ ਹੀ ਰਹਿਣਾ ਭੁਲਾਇਆ ਨਹੀਂ ਚਾਹੁੰਦਾ ਹਾਂ ਭੁਲਾਇਆ ਮੈਂ ਤਾਂ ਭੁੱਲਦਾ ਨਹੀਂ ਮੈਂ ਕਹਿ ਦੇਵਾਂ ਬਹੁਤ ਆ CRTC ਦੀ ਰੂਲਿੰਗ ਆ ਗਈ ਜੀ ਤੂੰ ਆਏ ਨਹੀਂ ਕਰਨਾ ਮੈਂ ਕਹਿੰਦਾ ਨਹੀਂ ਕਰਦਾ ਪਰ ਮੈਂ ਇਹਨਾਂ ਮਾਲਕਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਮੈਂ ਕਰਨਾ ਸਮਝ ਨਹੀਂ ਅਤੇ ਮੈਂ ਉਹ ਮੈਨੂੰ ਉਸ ਚੀਜ਼ ਦਾ ਮਾਣ ਵੀ ਹੈ ਕਈਆਂ ਨੂੰ ਧਰਮ ਕੁਛ ਨਹੀਂ ਮੇਰੇ ਲਈ ਮੈਂ ਵਧੀਆ ਸਿੱਖ ਨਹੀਂ ਹੈ ਮੈਂ ਔਨ ਏਅਰ ਕਹਿਣਾ ਵੇ ਆਈ ਐਮ ਨੋਟ ਏ ਟਰੂ ਐਂਡ ਗੁੱਡ ਸਿੱਖ ਆਫ ਮਾਈ ਗੁਰੂ ਮੈਂ ਨਹੀਂ ਹੈਗਾ ਮੇਰੇ 'ਚ ਬਹੁਤ ਔਗਣ ਨੇ ਬਹੁਤ ਨੇ ਪਰ ਜਿਹੜੀ ਇੱਕ ਕੌਮੀਅਤ ਦਾ ਰੰਗ ਹੈ ਜਿਹਦੇ 'ਤੇ ਮੈਂ ਮਾਣ ਕਰਦਾ ਉਹ ਮੇਰੇ ਨਾਲ ਰਹਿਣਾ ਹੁਣ ਮੈਨੂੰ ਇਹ ਆ ਵੀ ਜਿਵੇਂ ਪਿਛਲੇ 4 ਸਾਲਾਂ ਦਾ ਆਪਾਂ ਸਾਹਿਬਜ਼ਾਦਿਆਂ ਦਾ ਦਿਨਾਂ ਦਾ ਅਤੇ ਨਵੰਬਰ ਦਾ ਅਤੇ ਜੂਨ ਦਾ ਉਹ 3 ਸੈਗਮੈਂਟ ਇੱਕ ਇੱਕ ਵੀਕ ਦੇ ਸ਼ੁਰੂ ਡੈਡੀਕੇਟਡ ਉਹ ਮੈਂ ਉਹਦੇ 'ਚ ਨਿੰਮੀ ਜੀ ਮੈਂ ਬਹੁਤ ਸਿੱਖਿਆ ਮੈਨੂੰ ਨਹੀਂ ਸੀ ਪਤਾ ਬਹੁਤ ਚੀਜ਼ਾਂ ਅਤੇ ਉਹ ਮੇਰਾ ਇਹ ਆ ਯਾਰ ਆਉਣ ਵਾਲੀ ਪੀੜ੍ਹੀ ਨੂੰ ਐਟਲੀਸਟ ਇਹ ਚੀਜ਼ ਦਾ ਪਤਾ ਹੋਵੇ ਯਾਰ ਬਈ ਅਸੀਂ ਕੌਣ ਆ ਸਾਡੇ ਨਾਲ ਕੀ ਹੋਇਆ ਹੁਣ ਜੇ ਧਰਮ 'ਚ ਤੁਸੀਂ ਵੀ ਮੇਰੇ ਆਪਾਂ ਇੱਕੋ ਹੀ ਧਰਮ 'ਚ ਪੈਦਾ ਹੋਇਆ ਹੁਣ ਉਹਨੂੰ ਅਡੈਪਟ ਕਿਵੇਂ ਫੀਲ ਕਰਨਾ ਤੁਸੀਂ ਕਿਵੇਂ ਜ਼ਿੰਦਗੀ 'ਚ ਲੈ ਕੇ ਆਉਣਾ ਹਰ ਇੱਕ ਬੰਦੇ ਦਾ ਆਪਣਾ ਵਿਸ਼ਵਾਸ ਆ ਉਹ ਕਿਵੇਂ ਲੈ ਕੇ ਜਾਣਾ ਚਾਹੁੰਦਾ ਉਹਦਾ ਮਰਜ਼ੀ ਆ ਉਹਦੀ ਆਪਣੀ ਬਿਲਕੁਲ ਪਰ ਉਹ ਬੀ ਤਾਂ ਅੰਦਰ ਹੀ ਪਿਆ ਬਿਲਕੁਲ ਸੋ ਇਹ ਇੱਕ ਤਾਂ ਨਾਲ ਜਿਹੜੀ ਰਹਿੰਦੀ ਆ ਜਿਹੜੀ ਕਈਆਂ ਨੂੰ ਉਹ ਕਹਿੰਦਾ ਵੀ ਨਹੀਂ ਜਰਨਲਿਸਟ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਇਹਨੂੰ ਐਂ ਨਹੀਂ ਕਰਨਾ ਚਾਹੀਦਾ ਇਹਨੂੰ ਐਂ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ ਇਸ ਤਰ੍ਹਾਂ ਕਰਦੇ ਵੀ ਆ ਵੀ ਸਾਡੇ ਕੋਲ ਤੱਕੜੀ ਆ ਇਸ ਦਾ ਬਰਾਬਰ ਤੋਲਣਾ ਨਹੀਂ ਨਹੀਂ ਉਹ ਜਿਹੜਾ ਬੰਦਾ ਮੈਂ ਜੇ ਹਰਜੀਤ ਸਿੰਘ ਜਾਂ ABC ਕੋਈ ਵੀ ਰੇਡੀਓ ਵਾਲਾ ਬੰਦਾ ਇਹ ਕਹਿੰਦਾ ਵੀ ਮੈਂ ਆਪਣਾ ਕੱਢ ਕੇ ਮਾਈਕ 'ਤੇ ਬੈਠਾ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਬੋਟਲੀ ਦੀ ਗੱਲ ਚੱਲੂ ਤੁਸੀਂ ਕੰਨ ਖੜੇ ਕਰ ਲੈਣੇ ਨੇ ਮੈਂ PhD ਕੀਤੀ ਹੋਈ ਆ ਮੈਨੂੰ ਇਹ ਚੀਜ਼ ਦਾ ਪਤਾ ਕਿਉਂਕਿ ਤੁਸੀਂ ਉਹ 'ਚ ਜੀਵੇ ਹੋ ਬਿਲਕੁਲ ਜਿਹੜਾ ਕੋਈ ਇਹ ਗੱਲ ਉਹ ਝੂਠ ਕਹਿੰਦਾ ਵੀ ਮੈਂ ਕਦੇ ਵੀ ਆਪਣੀ ਅੰਤਰੀਬ ਦੀ ਇੰਪਲੀਮੈਂਟੇਸ਼ਨ ਨਹੀਂ ਕਰੂੰਗਾ ਨਹੀਂ ਉਹਨੇ ਕਰਨੀ ਕਰਨੀ ਆ ਉਹਦੇ ਸ਼ਬਦ ਹੋਰ ਹੋ ਸਕਦੇ ਨੇ ਉਹ ਗੁੜ 'ਚ ਕਨੀਨ ਹਾਂ ਇਹ ਨਹੀਂ ਬੰਦਾ ਆਪਾਂ ਨਹੀਂ ਸਾਰਿਆਂ ਦਾ ਇਹ ਹਾਲ ਇੱਕ ਯਹੂਦੀ ਜਿਹੜਾ ਪੱਤਰਕਾਰ ਹੈ ਉਹ ਜੇ ਗੱਲ ਅਮਰੀਕਾ 'ਚ ਖੜਾ ਕਰਦਾ ਜੇ ਉਹ ਆਪਣੇ 'ਤੇ ਹੋਏ ਜੈਨੋਸਾਈਡ ਨੂੰ ਭੁੱਲ ਗਿਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਉਹਨੇ ਗੱਲਾਂ ਕਰਦੇ ਕਰਦੇ ਕਹਿ ਹੀ ਦੇਣਾ ਵੀ ਸਾਡੇ ਨਾਲ ਐਂ ਹੋਇਆ ਸੀ
ਸੋ ਇਹੀ ਮੈਂ ਇਹਨੂੰ ਜਗ ਜ਼ਾਹਰ ਕਰ ਦਿੰਦਾ ਯਾਰ ਮੈਂ ਇਸ ਤਰ੍ਹਾਂ ਮੈਨੂੰ ਇਹ ਮੇਰੀ ਕਮੀ ਆ ਬਹੁਤ ਵੱਡੀ ਮੇਰੇ ਦੋ ਮੈਨੂੰ ਇਹ ਚੀਜ਼ 'ਚ ਮੁਸ਼ਕਲਾਂ ਵੀ ਬਹੁਤ ਹੋਈਆਂ ਨੇ ਮੇਰੀ ਮੈਂ ਨਾ ਜ਼ਿੰਦਗੀ ਦਾ ਆਪਣਾ ਰਾਜ ਜਿੱਥੇ ਮੈਂ ਬਹਿਣਾ ਉੱਥੇ ਮੈਂ ਖੋਲ ਦਿੰਦਾ ਮੈਨੂੰ ਇਹ ਇਹਦੀ ਬਹੁਤ ਕੀਮਤ ਚੁਕਾਉਣੀ ਪਈ ਹੈ ਪਰ ਮੈਂ ਹਟ ਨਹੀਂ ਸਕਦਾ ਜਿਹੜਾ ਮੇਰੇ ਨਾਲ ਬੈਠਾ ਉਹਨੂੰ ਮੈਂ ਐਂ ਨਹੀਂ ਹੋ ਸਕਦਾ ਮੈਂ ਲੁਕਾ ਦੇਵਾਂ ਕੁਛ ਇਹ ਲੋਕਾਂ ਨੂੰ ਕਈ ਹੁੰਦਾ ਕਹਿੰਦਾ ਨਹੀਂ ਇਹ ਮਤਲਬ ਇਹ ਨਹੀਂ ਹੈ ਤੇਰਾ ਤੇਰੇ ਤੱਕ ਕੇ ਰਹਿਣਾ ਤੂੰ ਨਹੀਂ ਦੱਸ ਸਕਦਾ ਹੁਣ ਜਦ ਤੁਸੀਂ ਡਿੱਚ ਹੋ ਗਏ ਅੱਛਾ ਉਹਨਾਂ ਦੇ ਵਿੱਚੋਂ ਹੀ ਜਿਨ੍ਹਾਂ ਨੇ ਕੁਛ ਇਸ ਤਰ੍ਹਾਂ ਕੀਤਾ ਉਹਨਾਂ 'ਚੋਂ ਸੋਨੇ ਵੀ ਉਹਨਾਂ 'ਚੋਂ ਨਿਕਲੇ ਦਸਾਂ ਦੇ ਵਿੱਚੋਂ ਚਾਰ ਕਰ ਗਏ ਪਰ ਛੇ ਲਾਲ ਜਿਹੜੇ ਕੋਲ ਨੇ ਜਿਹੜੇ ਦੋਸਤਾਂ ਦਾ ਸਰਕਲ ਉਹ ਨੇ ਉਹ ਸ਼ਾਨ ਹੈ ਮੇਰੀ ਮਤਲਬ ਹੈ ਨਾ ਇਹ ਨਹੀਂ ਹੋ ਸਕਦਾ ਵੀ ਜੇ ਮੈਂ ਇਹ ਗੱਲ ਰੂਲ ਆਊਟ ਕਰਾਂ ਨਾ ਹੁਣ ਕਿਸੇ ਦੋਸਤ ਨਾਲ ਨਹੀਂ ਸਾਂਝਾ ਕਰਨਾ ਕਿਤੇ ਤੁਹਾਨੂੰ ਜ਼ਿੰਦਗੀ ਦੀ ਸਾਂਝ ਪਾਈ ਮਾਣ ਇੰਨਾ ਦੇ ਦਿੰਦੇ ਯਾਰ ਇਹਨੇ ਮੇਰੇ ਕੋਲ ਸਾਰਾ ਕੁਛ ਦੱਸਿਆ ਜ਼ਿੰਦਗੀ ਦਾ ਮੈਂ ਔਰ ਮੇਰੇ ਖਿਆਲ ਹੁਣ ਕੁਛ ਆਪਣਾ ਬਾਹਲਾ ਲੁਕਮਾ ਹੈ ਵੀ ਨਹੀਂ ਜ਼ਿੰਦਗੀਆਂ ਦਾ ਬਿਲਕੁਲ ਬਈ ਕੀ ਲੁਕਿਆ ਹੋਇਆ ਜੇ ਅੱਜ ਮੈਂ ਕਹਾਂ ਵੀ ਮੇਰਾ ਪਾਸਟ ਨੂੰ ਕੋਈ ਲੱਭੇ ਨਾ ਤਾਂ ਆਥਣ ਨੂੰ ਪਿੰਡ ਫੋਨ ਕਰ ਲੈਂਦੇ ਸ਼ਰੀਕ ਤੋਂ ਜਿਹਨੂੰ ਮਰਜ਼ੀ ਪੁੱਛਣਾ ਤਾਂ ਕੋਈ ਇਹ ਨਹੀਂ ਕਹਾਣੀ ਹੈ ਨਾ ਬਿਲਕੁਲ ਮੇਰੇ ਇਹ ਜਿਹੜਾ ਮੈਂ ਜਾਣੀ ਮੇਰੇ ਨਿੱਜੀ ਤੌਰ 'ਤੇ ਮੈਂ ਸਮਝਦਾ ਵੀ ਮੈਂ ਬਹੁਤ ਖੁਸ਼ਕਿਸਮਤ ਹਾਂ ਮਤਲਬ ਮੈਂ 45-48 ਡਿਗਰੀ ਟੈਂਪਰੇਚਰ ਦੇ ਵਿੱਚ 100 ਡਿਗਰੀ 'ਤੇ ਲੇ ਹੁੰਦੀ ਆ ਐਸਫਾਲਟ ਅਤੇ ਸੇਫਟੀ ਸ਼ੂ ਜਾਂ ਤੁਸੀਂ ਉੱਥੇ ਬਾਹਰ ਖੜ੍ਹਦੇ ਹੋ ਐਂ ਹੁੰਦਾ ਵੀ ਜਿਵੇਂ ਮੀਂਹ ਪਿਆਉਂਦਾ ਗਚਲ ਗਚਲ ਪਾਣੀ ਪੈਰ ਦਾ ਸਿਰ ਤੋਂ ਆ ਜਾਂਦਾ ਸੀ ਜਾਂ ਮੈਂ ਮਸਕਟ ਦਾ ਸਮਾਂ ਕੱਢਿਆ ਚਲੋ ਫਿਰ ਮੈਂ ਉਸੇ ਮਸਕਟ 'ਚ ਮੈਨੂੰ ਡਰਾਈਵਰ ਅਤੇ ਮੈਂ ਲੈਂਡ ਕਰੂਜ਼ਰ 'ਚ ਵੀ ਬੈਠਾ ਦਾ ਸੀ ਸਮਾਂ ਸੀ ਹੈ ਨਾ ਅਤੇ ਆ ਕੇ ਫਿਰ ਮੈਂ ਟਰੱਕ ਚਲਾਉਣ ਲੱਗ ਗਿਆ ਮੈਂ ਟੈਕਸੀ ਚਲਾਉਣ ਲੱਗ ਗਿਆ 20-20 ਘੰਟੇ ਮੈਂ ਟੈਕਸੀ ਚਲਾਈ ਇੱਕ ਦਿਨ ਤੁਸੀਂ ਸੁੱਤੇ ਹੋ ਇੱਕ ਦਿਨ ਜਾਗਦੇ ਹੋ ਤੁਸੀਂ ਜ਼ਿੰਦਗੀ ਚੌਰੀ ਸਾਹਿਬ ਕਰਦੇ ਰਹੇ ਅਤੇ ਹੁਣ ਤੁਸੀਂ ਸੀਟ 'ਤੇ ਬੈਠੇ ਹੋ ਮੂਹਰੇ ਮਾਈਕ ਹੈ ਚੰਗੀ ਸਿਹਤ ਆ ਸਿਰ 'ਤੇ ਛੱਤ ਹੈ ਅਤੇ ਚੜ੍ਹਦੀ ਕਲਾ ਹੁਣ ਤਾਂ ਬੰਦਾ ਕਹਿੰਦਾ ਕਿਹਦੇ ਲੈਣ ਦਾ ਹੁਣ ਇਹਦੇ 'ਚ ਇਹੀ ਆ ਬਈ ਬਹੁਤ ਕੁਝ ਤੂੰ ਮਾਲਕਾ ਦਿੱਤਾ ਹੋਇਆ ਬਈ ਅਸਲ ਧਰਮ ਦੀ ਵੀ ਜੇ ਗੱਲ ਕਰਦੇ ਤਾਂ ਸਰਬ ਸਾਂਝੀ ਬਾਲਤਾ ਸਰਬੱਤ ਦੇ ਭਲੇ ਦੀ ਗੱਲ ਆ ਜੇ ਸਿੱਖ ਦਾ ਇਹ ਸੁਨੇਹਾ ਬਾਹਰ ਨਹੀਂ ਜਾਂਦਾ ਬਈ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਇਹਦਾ ਮਤਲਬ ਮੈਂ ਸਿੱਖ ਦਾ ਸੁਨੇਹਾ ਨਹੀਂ ਦੇ ਰਿਹਾ ਮੇਰੇ ਗੱਲਾਂ ਮੇਰੇ ਖਰਵੇਂ ਬੋਲਾਂ ਤੋਂ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਮਤਲਬ ਲਾਈਨ ਖਿੱਚਣਾ ਨਹੀਂ ਇਹ ਜੀ ਨਹੀਂ ਕੋਈ ਗੱਲ ਹਾਂ ਹੋ ਸਕਦਾ ਇੱਥੇ ਕੌਮੀਅਤ ਕਰਕੇ ਕੋਈ ਟਾਰਚਰ ਕਰਦਾ ਕੋਈ ਗਲਤ ਬੋਲਦਾ ਉੱਥੇ ਮੈਂ ਖਰਵਾ ਹੋਵਾਂ ਪਰ ਜੇ ਸਾਡੇ ਧਰਮ ਦੇ ਵਿੱਚੋਂ ਇਹ ਸੁਨੇਹਾ ਨਹੀਂ ਜਾਂਦਾ ਅਸੀਂ ਸਾਰਿਆਂ ਦਾ ਪਿਆਰ ਕਰਦੇ ਹਾਂ ਇਹ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਸੱਭੇ ਸਾਂਝੀ ਵਾਲ ਦੀ ਸਰਬੱਤ ਦੇ ਭਲੇ ਦੀ ਹਾਂ ਅਤੇ ਆਪਾਂ ਬਹੁਤ ਕਿਸਮਤ ਵਾਲੇ ਹਾਂ ਬਿਲਕੁਲ ਸਪੈਸੀਫਿਕਲੀ ਜਿਹੜੇ ਇਨਵਾਇਰਮੈਂਟ 'ਚ ਆਪਾਂ ਕੰਮ ਕਰਦੇ ਹਾਂ ਟੋਟਲੀ ਇਹ ਪਰਿਵਾਰ ਨੇ ਬਜ਼ੁਰਗ ਸੁਣਦੇ ਨੇ ਬਾਪੂ ਜੀ ਆਪਾਂ ਨੂੰ ਮੈਂ 12 ਵਰ੍ਹਿਆਂ 'ਚ ਤੁਹਾਨੂੰ 12 ਵਰ੍ਹਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਨੂੰ ਇਹਨਾਂ ਨੇ ਕਦੇ ਕਿਹਾ ਹੋਵੇ ਯਾਰ ਆਹ ਕਰ ਦਿਉ ਆਹ ਨਾ ਕਰ ਅਤੇ ਤਾਂ ਹੀ ਆਪਣੀ ਕੱਟੀ ਗਈ ਹੈ ਆਪਾਂ ਜੇ ਕਹਾਂ ਨਾ ਮੈਂ ਕਿਤੇ ਹੋਰ ਰੇਡੀਓ 'ਤੇ ਕੰਮ ਕਰੂੰ ਮੈਂ ਦਿਹਾੜੀ ਵੀ ਨਹੀਂ ਲਾ ਸਕਦਾ ਬਿਲਕੁਲ ਅਸੀਂ ਹੁਣ ਇੱਥੋਂ ਦੇ ਵਿਗੜੇ ਹੋਏ ਹਾਂ ਸੱਚ ਹੈ ਨਾ ਮੈਨੂੰ ਉਹਨਾਂ ਨੇ ਚੱਲਣਾ ਨਾ ਮੈਂ ਉਹਨਾਂ ਨੂੰ ਚੱਲਣਾ ਠੀਕ ਹੈ ਬਿਲਕੁਲ ਉਹ ਇਹ ਤਾਂ ਮੇਰਾ ਮਤਲਬ ਇਹ ਹੈ ਵੀ ਇਹ ਇੱਕ ਬਹੁਤ ਵਧੀਆ ਅਤੇ ਇਹਨੇ ਬਹੁਤ ਕੁਝ ਦਿੱਤਾ ਇਹਦੇ 'ਚੋਂ ਰਾਜਨੀਤੀ ਮਿਲੀ ਨਹੀਂ ਹਰਜੀਤ ਸਿੰਘ ਵਰਗੇ ਬਥੇਰੇ ਤੁਰੇ ਫਿਰਦੇ ਆ ਜੇ NDP ਨੇ ਆਪਾਂ ਨੂੰ ਸਿਲੈਕਟ ਕੀਤਾ ਜੀ ਅਤੇ ਉਹ ਮੈਨੂੰ ਲੱਗਦਾ ਇੱਥੋਂ ਹੀ ਇਹਦੇ ਕਰਕੇ ਬਿਲਕੁਲ ਸੋ ਰਾਜਨੀਤਿਕ ਸਫ਼ਰ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਤੁਹਾਨੂੰ ਤਜਰਬੇ ਦੇਣੇ ਹੁਣ ਅਸਲ 'ਚ ਯਾ ਰਾਜਨੀਤੀ ਬਾਰੇ ਗੱਲਾਂ ਕਰਨੀਆਂ ਹਾਲੇ ਬਾਕੀ ਨੇ ਸੋ ਗੱਲਾਂ ਤਾਂ ਸਾਡੀਆਂ ਬਹੁਤ ਨੇ ਅਸੀਂ ਭਾਵੇਂ ਦੋਨੋਂ ਸਾਰਾ ਦਿਨ ਗੱਲਾਂ ਕਰਦੇ ਰਹੀਏ ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਫਿਰ ਨਿਊਜ਼ ਬੁਲੇਟਿਨ ਅਤੇ ਫਿਰ ਗੱਲਾਂ ਬਾਤਾਂ ਇੰਝ ਹੀ ਚੱਲਣਗੀਆਂ ਅੱਜ ਪਹਿਲਾ ਪ੍ਰੋਗਰਾਮ ਸਾਲ ਦਾ ਔਰ ਇਸ ਵਿੱਚ ਤੁਸੀਂ ਆਪਣੇ ਹੋਸਟ ਜਿਹੜੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹਾਂ ਜੀ ਸ਼ੁਰੂ ਕਰਦੇ ਹਾਂ ਜੀ ਗੱਲਬਾਤ ਔਰ ਪੁੱਛਦੇ ਹਾਂ ਵੀਰ ਜੀ ਨੂੰ ਵੀ ਰੇਡੀਓ ਤੋਂ ਬਾਅਦ ਰਾਜਨੀਤਿਕ ਸਫ਼ਰ ਸ਼ੁਰੂ ਹੋਇਆ ਜੀ ਉਹ ਐਕਸਪੀਰੀਅੰਸ ਕਿਹੋ ਜਿਹਾ ਰਿਹਾ NDP ਜੁਆਇਨ ਕੀਤੀ NDP ਵਾਲਿਆਂ ਨੇ ਸੱਦਾ ਦਿੱਤਾ ਜਾਂ ਖੁਦ ਚੋਇਸ ਕੀਤੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਉਹਦੇ 'ਚ ਵੀ ਇਸ ਤਰ੍ਹਾਂ ਹੀ ਹੋਇਆ ਜੀ ਬਈ ਲੋਕਲ ਰਾਈਡਿੰਗ ਅਤੇ ਲੋਕਲ ਰਾਈਡਿੰਗ ਤੋਂ ਪਹਿਲਾਂ ਨਾ ਗੱਲ ਜਿਹੜੀ ਹੋਈ ਲੀਡਰ ਨਾਲ ਜੀ ਜਗਮੀਤ ਸਿੰਘ ਨਾਲ ਹਾਂ ਉਹ ਕਹਿੰਦੇ ਯਾਰ ਵੀ ਐਡੀ ਕਿੱਡੀ ਕੁ ਗੱਲ ਹੈ ਜਦੋਂ ਉਹਨੂੰ ਦੱਸਦਾ ਹੋਊ ਵੀ ਇਹਨੇ ਇੱਧਰੋਂ ਸੁੱਚ ਮਰੋੜੇ 'ਤੇ ਕੰਮ ਕਰਨਾ ਕਈ ਵਾਰ ਦੱਸ ਦਿੰਦੇ ਹੁੰਦੇ ਨੇ ਉਹ ਕਹਿੰਦਾ ਬੰਦਾ ਹੀ ਨਹੀਂ ਖਾਣ ਨੂੰ ਤਿਆਰ ਯਾਰ ਕੋਈ ਨਿਊਟਨ 'ਚ ਅੱਛਾ 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 ਬਈ ਐਡੀ ਕਿੱਡੀ ਕੁ ਕਹਾਣੀ ਹੋ ਗਈ ਮੈਂ ਯਾਰ ਇਹ ਕਿਵੇਂ ਹੋ ਗਿਆ ਫਿਰ ਇਹ ਜੀ ਕਿ ਹਾਰਨ ਜਿੱਤਣ ਤਾਂ ਹਾਰਨਾ ਔਖਾ ਬਹੁਤ ਹੈ ਇਹ ਗੱਲਾਂ ਹੀ ਨੇ ਤੁਸੀਂ ਕੋਲ ਸੀ ਮੇਰੇ ਉੱਧਰ ਔਰ ਮੈਨੂੰ ਇਹ ਗੱਲ ਦਾ ਮਾਣ ਹੈ ਵੀ ਸਾਡੇ ਤੁਸੀਂ ਰੇਡੀਓ ਤੋਂ ਚੌਰੀ ਸਾਹਿਬ 'ਤੇ ਤੁਸੀਂ
ਤੁਸੀਂ ਮੇਰੇ ਕੋਲ ਸੀ। ਇਹ ਇਹ ਜ਼ਿੰਦਗੀ ਦਾ ਮੇਰੇ ਤੇ ਮਤਲਬ ਤੁਹਾਡਾ ਇੱਕ ਬਹੁਤ ਵੱਡਾ ਅਹਿਸਾਨ ਲਾ ਲਓ, ਬਾਕੀ ਤਾਂ ਉਹ ਕਹਿੰਦੇ ਲੱਕੋ ਫੜ ਲਓ। ਅੱਛਾ ਉਹ ਨਾ ਜੀ ਜਿਹੜੇ ਦਾਨਿਸ਼ਮੰਦ ਬਹੁਤ ਦੋਸਤ ਸੀ, ਈਵਨ ਇੱਕ ਉਹਨਾਂ ਦਿਨਾਂ ਦੇ ਵਿੱਚ ਮੇਰੇ ਮਿੱਤਰ ਨੇ ਮੇਰੇ ਅਤੇ ਪਰਮਿੰਦਰ ਥਿੰਦ ਦੇ ਦੋਸਤ ਉੱਥੇ ਅੰਮ੍ਰਿਤਸਰ ਨੇ SSP ਲੱਗੇ ਹੋਏ ਪਰਮਪਾਲ ਸਿੰਘ ਜੀ, ਉਹ ਮਿਲਣ ਆਏ ਮੈਨੂੰ ਘਰੇ। ਮੇਰੇ ਇੱਕ ਹੋਰ ਦੋਸਤ ਨੇ ਉਹਨਾਂ ਨਾਲ ਪਰਮਿੰਦਰ ਆਇਆ ਅਤੇ ਉਹ ਅਸੀਂ ਘੰਟਾ ਬੈਠੇ ਹਾਂ। ਅੱਛਾ ਜੀ। ਅਤੇ ਉਹ ਕਹਿੰਦੇ ਵੀ ਯਾਰ ਮੈਨੂੰ ਡੋਗਸ ਦਿਖਾਓ, ਮੈਨੂੰ ਪਸੰਦ ਨੇ ਬਹੁਤ। ਮੈਂ ਤੱਖਰ ਸਾਹਿਬ ਦੇ ਤੁਹਾਨੂੰ ਜਰਮਨ ਸ਼ੈਫਰ ਦਿਖਾਓ। ਰਾਹ 'ਚ ਅਸੀਂ ਇਕੱਠੇ ਹੋ ਗਏ ਅਤੇ ਪਰਮਿੰਦਰ ਦੇ ਨਾਲ ਭੈਣ ਜੀ ਦੇ ਬੱਚੇ ਹੋ ਗਏ। ਮੈਨੂੰ ਕਹਿੰਦਾ ਬਾਈ ਜੀ ਇੱਕ ਘੰਟੇ 'ਚ ਜਿਹੜਾ ਮੈਂ ਜੱਜ ਕੀਤਾ ਤੁਹਾਡੇ ਘਰੇ ਬਹਿ ਕੇ, ਯਾਰ ਤੂੰ ਰਾਜਨੀਤੀ 'ਚ ਨਾ ਹੀ ਦੇਖੋ, ਜਿਹੜੇ ਇੰਟਲੈਕਚੁਅਲ ਬੰਦੇ ਨੇ ਜੀ ਜੀ ਜੀ, ਕਹਿੰਦੇ ਯਾਰ ਤੈਨੂੰ ਲੋਕ ਸੁਣਦੇ ਨੇ, ਤੈਨੂੰ ਪਿਆਰ ਕਰਦੇ ਨੇ, ਤੈਂ ਕੀ ਲੈਣਾ ਇਹ ਕੰਮ 'ਚ। ਜਾਂ ਨੂੰ ਡਿਸੀਜ਼ਨ ਮੈਂ ਲਈ ਬੈਠਾ, ਉਹ ਤਾਂ ਮੈਂ ਝੂਠ ਕਹਿਦਾ ਮੈਂ ਖਿਆਲ ਰੱਖਾਂਗੇ ਕਰਾਂਗੇ, ਹੈ ਨਾ। ਜਾਂ ਨੂੰ ਤਾਂ ਗੱਲ ਸ਼ੁਰੂ ਹੋ ਗਈ ਸੀ। ਉਹ ਸਫ਼ਰ ਇਉਂ ਆ ਜੀ ਬਈ, ਤੁਸੀਂ ਬਹੁਤ ਅਲੱਗ, ਤੁਹਾਡੀ ਚਮੜੀ ਚਾਹੀਦੀ ਆ, ਹੱਡੀ ਚਮੜੀ ਅਲੱਗ ਚਾਹੀਦੀ ਆ, ਸੁਣਨ ਵਾਲੇ ਚਾਹੀਦੇ ਹੋ ਅਤੇ ਹਾਰਨ ਦਾ ਮਾਦਾ ਚਾਹੀਦਾ। ਚਲੋ ਹਾਰ ਤਾਂ ਗਏ ਤੁਸੀਂ, 12,000 ਵੋਟ ਪਹਿਲੀ ਵਾਰ ਲੈਣੀ, ਬਹੁਤ ਵੋਟ ਸੀ, ਪਰ ਮੈਂ ਉਹਨੂੰ ਹਾਰ ਮੰਨਿਆ ਨਿੱਜੀ ਤੌਰ 'ਤੇ। ਜਿਹੜਾ ਉਹਦਾ ਤਜ਼ਰਬਾ ਹੋਇਆ ਉਹ ਇਹ ਹੋਇਆ ਜੀ ਬਈ, ਲੋਕਾਂ ਨੇ, ਅੱਛਾ ਮੇਰੇ ਮਨ 'ਚ ਇਹ ਸੀ ਬਈ ਮੈਨੂੰ ਬਹੁਤ ਜਾਣਦੇ ਆ ਲੋਕ ਜੀ, ਪਰ ਜਦ ਮੈਂ ਡੋਰ ਨੌਕ ਕੀਤੇ, ਕਿਉਂਕਿ ਮੈਂ ਆਪਾਂ TV 'ਤੇ ਨਹੀਂ ਸੁਣਦੇ, ਸ਼ਕਲ ਨਹੀਂ ਸੀ ਪਤਾ, ਜਦ ਮੈਨੂੰ ਉਹਨਾਂ ਨੂੰ ਦੱਸਣ, ਅੱਛਾ ਪਹਿਲਾਂ ਤਾਂ ਜਦ ਉਹ ਡੋਰ ਨੌਕਿੰਗ ਦਾ ਸ਼ੁਰੂ ਕੀਤਾ, ਮੈਂ 3 ਦਿਨ ਉੱਤਰ ਨਾ ਸਕਿਆ ਗੱਡੀ ਤੋਂ। ਤੁਹਾਡੀ ਈਗੋ ਮਾਰਦੀ ਆ ਯਾਰ, ਮੈਂ ਉੱਤਰ ਕੇ ਹੁਣ ਵੋਟ ਮੰਗਣ ਕਿਵੇਂ ਜਾਵਾਂ, ਮੈਂ ਬਹਿ ਜਾਣਾ ਜਾ ਕੇ ਗੱਡੀ 'ਚ, ਉਸ ਤਰ੍ਹਾਂ ਹੀ ਮੁੜੇ ਆਉਣਾ 3 ਘੰਟੇ ਬਾਅਦ। ਮੈਨੂੰ ਕੈਂਪੇਨ ਮੈਨੇਜਰ ਨੇ ਕਹਿਣਾ, ਮੈਨੇਜਰ ਨੇ ਕਹਿਣਾ ਕਿੰਨੇ ਜਗ੍ਹਾ ਆਊਗਾ, 100 ਘਰ ਜਾਇਆ, ਝੂਠ ਬੋਲਣਾ ਆਪਣੇ ਆਪੇ। ਐਵੈਂਚੁਅਲੀ ਜੀ ਉਹ ਸ਼ੁਰੂ ਕੀਤਾ, ਫਿਰ ਉਹ ਮੈਂ ਮੇਰੇ 'ਚੋਂ ਹਲੇ ਗਈ ਨਹੀਂ, ਮੇਰੇ ਮਨ 'ਚ ਆ ਉਹ, ਜੇ ਲੋਕਾਂ ਦਾ ਸਾਥ ਰਿਹਾ ਮੈਂ ਇੱਕ ਵਾਰ ਜਾਣਾ ਜ਼ਰੂਰ ਹੈ। ਅੱਛਾ, ਅੱਜ ਚਲੇ ਜਾਵਾਂ, 10 ਸਾਲਾਂ ਨੂੰ ਚਲੇ ਜਾਵਾਂ, ਜਾਣਾ ਮੈਂ, ਅਤੇ ਬਾਕੀ ਸਾਹਿਬ ਦੇ ਹੱਥ ਆ। ਉਹ ਕੀ ਪਤਾ ਮੇਰੀ ਗਲਤੀ ਆ ਸੋਚਣੀ, ਇਸ ਤਰ੍ਹਾਂ ਨਹੀਂ ਜਾਣਾ, ਨਹੀਂ ਜਾਣ ਦੇਣਾ, ਪਰ ਮੇਰੇ ਮਨ 'ਚ ਹੈ। ਅਤੇ ਉਹ ਨਾ ਜੀ ਕੀ ਹੋਇਆ ਉਹਦੇ 'ਚ, ਜਿਹੜੀ ਮੈਨੂੰ ਨਿਰਾਸ਼ਤਾ, ਹਾਰਨ ਜਿੱਤਣ ਤੋਂ ਨਹੀਂ, ਨਿਰਾਸ਼ਤਾ ਹੋਈ ਵੀ ਜਿਨ੍ਹਾਂ ਦੇ ਨਾਲ ਮਾਣ ਸੀ, ਜਿਨ੍ਹਾਂ ਨੂੰ ਕਹਿ ਕੇ ਮੈਂ ਗਿਆ ਵੀ ਯਾਰ ਮੈਂ ਕਰਨ ਲੱਗਿਆ ਮੀਡੀਆ 'ਚੋਂ, ਬਾਕੀ ਨਹੀਂ ਕਿਸੇ ਨਾਲ, ਮੀਡੀਆ ਦੇ ਵੱਡੇ ਬੰਦਿਆਂ ਨੂੰ ਜਾ ਕੇ ਘਰੇ ਵੀ ਬਾਈ ਜੀ ਮੈਂ ਆਹ ਕਰਨ ਲੱਗਿਆ, ਉਹ ਨਾ ਅਸੀਂ ਤੂੰ ਭਰਾ ਸਾਡਾ ਯਾਰ, ਅਸੀਂ ਚੱਕ ਦਿਆਂਗੇ ਕੰਮ ਹੈ। ਬਸ ਫਿਰ ਉਹਨਾਂ ਨੇ ਜਿਹੜੀਆਂ ਹੱਥ ਛੱਡ ਮੀਆਂ ਕੈਂਚੀਆਂ ਮਾਰੀਆਂ ਨਾ, ਉਹ ਲੋਕਾਂ ਨੂੰ ਵੀ ਪਤਾ, ਮੈਨੂੰ ਵੀ ਪਤਾ, ਠੀਕ ਹੈ। ਔਰ ਮੈਂ ਬੇਨਤੀ ਫਿਰ ਡਿਊਰਿੰਗ ਕੀਤੀ, ਮੈਂ ਯਾਰ ਨਾ ਕਰੋ ਤੁਸੀਂ, ਇਹ ਕਿਉਂ ਕਰਦੇ ਹੋ ਤੁਸੀਂ, ਬਈ ਕਦੇ ਤੁਸੀਂ ਖੜਨਾ ਤਾਂ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਮਦਦ ਆਉਂਦੀ ਹੈ। ਐਨੀਵੇਜ਼ ਉਹ ਚਲੋ ਓਬੀਅਸ ਸੀ, ਇਹੀ ਇੱਕ ਸਾਡੀ ਬਹੁਤ ਵੱਡੀ ਮੁਸ਼ਕਲ ਆ ਕਮਿਊਨਿਟੀ ਦੀ। ਤੁਸੀਂ ਜਿੱਥੋਂ ਆਹ ਗੱਲ ਕਰ ਰਹੇ ਹੋ ਨਾ, ਵਾਕਈ ਕਿ ਰਾਜਨੀਤੀ 'ਚ, ਕਿਉਂਕਿ ਕਹਿੰਦੇ ਰਾਜਨੀਤੀ 'ਚ ਆ ਗਿਆ ਫਲਾਨਾ ਬੰਦਾ, ਰਾਜਨੀਤੀ 'ਚ ਆਉਣ ਵਾਸਤੇ ਵੀ ਰਾਜਨੀਤੀ ਆਉਣੀ ਚਾਹੀਦੀ ਹੈ ਅਸਲ ਦੇ ਵਿੱਚ, ਕਿਉਂਕਿ ਇਹ ਇੱਕ ਬੇਸਿਕਲੀ ਮੈਂ ਤਾਂ ਕਹਿੰਦੀ ਇਹਦਾ ਭਾਵੇਂ ਇਹ ਇੱਕ ਵੱਖਰੇ ਤਰ੍ਹਾਂ ਦੀ ਸਮਝ ਹੈ, ਪੜ੍ਹਾਈ ਹੈ ਜਿਹੜੀ ਸਾਡੇ ਦਿਮਾਗ ਵਿੱਚ ਨਹੀਂ ਬੈਠੀ, ਸੋ ਰਾਜਨੀਤੀ ਆਉਂਦੀ ਨਹੀਂ, ਸੋ ਵਰਸ਼ਾਲਾ ਇੰਨੇ ਚਾਹੀਦੇ ਨੇ, ਤੁਸੀਂ ਸਾਦਗੀ ਸਿੱਧ ਤਰੀਕੇ ਨਾਲ ਚਾਹਾਂ ਪੜਾ ਕੇ ਨਹੀਂ MP ਬਣ ਸਕਦੇ। ਉਹ ਕਹਿੰਦਾ ਵੀ ਉਹ ਚਾਹ ਪਈ ਆ, ਉਹ ਕਾਫੀ ਪਈ ਆ, ਨਹੀਂ ਉਹ ਨਹੀਂ ਹੁੰਦਾ, ਇਹ ਇੱਕ ਅਲੱਗ ਦੁਨੀਆ 'ਚ ਜਿਉਂਦੇ। ਪਰ ਜਿਹੜੇ ਇਹਨੂੰ ਐਨਾਲਾਈਜ਼ ਕਰਦੇ ਨੇ ਉਹ ਇਹ ਕਹਿੰਦੇ ਨੇ ਵੀ ਯਾਰ 12,000 ਵੋਟ ਪਹਿਲੀ ਵਾਰ ਲੈਣੀ, 7,000 ਤੇ MLA ਬਣ ਜਾਂਦਾ, ਇਹ ਬਹੁਤ ਵੱਡੀ ਗੱਲ। ਮੈਂ ਉਹਨੂੰ ਨਿੱਜੀ ਤੌਰ 'ਤੇ ਵੱਡੀ ਘਾਟ, ਪਿਛਲੇ ਜਿਹੜੇ 10 ਦਿਨ ਕੈਂਪੇਨ ਨਾ ਹੋ ਸਕੀ, ਜਦ ਮਾਂਬੇ ਦੀ ਸਡਨ ਆਪਣੇ ਡੋਗ ਦੀ ਮੌਤ ਹੋ ਗਈ, ਉਹ 10 ਦਿਨ ਅਸੀਂ ਟੁੱਟ ਗਏ ਘਰ ਦੇ, ਜੀ ਨਹੀਂ ਅਸੀਂ ਜਾ ਸਕੇ, ਉਹਨੂੰ ਪਤਾ ਨਹੀਂ ਕੀ ਹੋਇਆ, ਰੱਬ ਜਾਣੇ ਕੀ ਕਰ ਗਿਆ, ਕੀ ਹੋ ਗਿਆ ਸਡਨ, ਉਹ 30 ਸੈਕਿੰਡ 'ਚ ਉਹਦੀਆਂ, ਅਤੇ ਉਹਨਾਂ ਦਿਨਾਂ 'ਚ ਕੁਛ ਨਾ ਕਰ ਸਕੇ। ਅੱਛਾ ਇੱਕ ਇਹ ਹੈ ਜੀ, ਮੈਨੂੰ ਪਤਾ ਨਹੀਂ ਸੀ, ਮੈਨੂੰ ਤਾਂ ਹੁਣ ਜਦ ਤੁਸੀਂ ਕਹਿ ਰਹੇ ਹੋ ਤੁਹਾਨੂੰ 100 ਬੰਦਾ ਆ ਗਿਆ, ਕਰਤਾ ਜੀ 50 ਲੈ ਆਏ, 60 ਲੈ ਆਏ, ਹੁਣ ਉਹ ਕੌਣ ਆ ਰਹੇ ਨੇ, ਮੈਨੂੰ ਥੋੜ੍ਹਾ ਪਤਾ ਕਿਹਦੇ, ਤੁਸੀਂ ਲੋਕ ਕਹਿੰਦੇ ਉਹ ਫਲਾਣਾ ਬੰਦੇ ਨੂੰ ਕਿਹਨੂੰ ਕਹੋ ਤੁਸੀਂ ਰੋਕ ਕੇ ਵੀ ਤੂੰ ਕੌਣ ਆ, ਤੁਸੀਂ ਕੈਂਪੇਨ ਆਫਿਸ ਖੋਲਿਆ ਤੁਸੀਂ ਆਪ। ਔਰ ਉਹ ਬਹੁਤ ਕੰਮ ਹੈ, ਪਹਿਲੀ ਵਾਰ ਬਹੁਤ ਘੱਟ ਬੰਦੇ ਜਿੱਤੇ ਆ, ਇਸ ਤਰ੍ਹਾਂ ਹੀ ਸਿੱਖਦੇ ਆ ਉਹ ਬੰਦੇ। ਅੱਛਾ ਇੱਕ ਹੋਰ ਤੁਹਾਨੂੰ ਦੱਸਾਂ, ਤੁਸੀਂ ਛਪਾਰ ਦੇ ਮੇਲੇ ਦੇ ਵਿੱਚ ਜਵਾਕ ਜਿਵੇਂ ਉਂਗਲੀ ਫੜੀ ਜਾਂਦਾ ਬਾਪੂ ਦੀ, ਉਹ ਆ ਕੈਂਡੀਡੇਟ, ਬਿਲਕੁਲ ਬੰਦੇ ਦੇ ਕੁਛ 30 ਦਿਨ ਵੱਸ ਨਹੀਂ, ਉਹਦਾ ਤਾਂ ਇੱਥੋਂ ਖਤਮ ਹੋ ਜਾਂਦਾ। ਤੁਹਾਡਾ ਜੇ ਵਧੀਆ ਕੈਂਪੇਨ ਆ, ਤੁਹਾਨੂੰ ਸਾਂਭਣ ਵਾਲੀ, ਤੁਸੀਂ ਜਿੱਤ ਜਾਂਦੇ ਹੋ, ਬੰਦਾ ਸੋਚ ਹੀ ਨਹੀਂ ਸਕਦਾ ਉਹਦੇ ਸੋਚਣ ਦੀ, ਕਿਉਂਕਿ ਇੰਨਾ ਪ੍ਰੈਸ਼ਰ ਹੋ ਜਾਂਦਾ ਉਹਦੇ 'ਤੇ
पार्टी दी लाइना ये लाइना वो लाइना ये लाइना अच्छा कोई चीज़ा मेरे खिलाफ भी चले गई वो क्या रेड एफ एम दी वैसी डिबेट वो कहते भी जे तेरिया ना सुन मैं क्या मैं उतों घर आ जाऊँ बंदे कहते फिर जिता जिता करते हाँ पर एक मैं कहा अखीर च बी हर एक दे लई नहीं है बिल्कुल हर एक दे लई और मैं तुहानू दसा जिहड़े तुसी कहने 12,000 वोट या हार गए असल च जीती है तजर्बा जिहड़ा ऐ होया मतलब घरे अच्छा जद मैं उस शुरू कर लिया फिर मैं यार सोचा भी मैं यार आ मेरे लिए मोमेंट बेटी ने यूनिवर्सिटी जाना उन्हों मेरी लोड़ है रवराज ने बलराज ने मास्टर करन जाना सुरेंद्र की सेहत ढिली है यार मैं की कर बैठा मैं तो यह हस्पता मैं तो जहाजा च रहूंगा और है भी गल सच बिल्कुल बिल्कुल जे तुम दो तीन दिन घर आ तो घर थोड़ा लोगों के वो तुम नहीं कर सकते और ये हर एक लाइफ स्टाइल नहीं है लख डेढ़ लख डालर जो कहो भी टब्बर पाल लो कट कटो के हाँ ये लल्ला भब्बा पैरल कुछ करना पैना बीजा बूजा का फिर रोटी चल सकती है जो तुम कहो सीधी मैं राजनीति करके ये नहीं है मतलब थोड़ा रहना टहना हूँ इंडिया के बने हुए सूट पाई फिर फिर वो ए पा के थोड़ा उत्थे बैठो सो ए रिसोर्स पहला करने की लोड़ है कस्टम फिट सूट चाहिए हाँ अच्छा एक एक शो की गल शिवचरण भाई लंदन बैठा सुनता हाँ। कहानी जड़ी मैं उही हाँ, गल कर रही थी हाँ, कि राजनीति हुण हो गई हाँ, पर कहानी दी गल जे करिए हाँ, भाई जी की कुछ कहानियां हाँ, 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 सुनिया ने सुनाइया ने हाँ, ओ चीज हाँ, ओ दोस्ती पई असल दोस्ती की पई उन्हां दा पुरजा पुरजा कट मरे नावल पढ़िया अच्छा ते ओ 84 दा नावल सी बारी कोई दीवा वलदा तवी तो तलवार तक ओ विच रच गया बोली मालवे दी आ ते मैं साडा प्यार हो गया असी लिखा अपना ईमेल वगैरह मैं हाँ भाई यार तेरिया मैं कहानियां पढ़निया ने वो कहता मेरिया कहानियां तू पढ़ेगा हाँ। तेन पता मेरे पात्र की कहते हैं गालां कढ़दे आ सीधियां थानेदार गालां कढ़दा बिल्कुल तू किवें इंसाफ करेगा मैं हाँ यार मैं करूँ वो मैनू बुधवार की ना आप नू उड़ीक रहिंदी आ पहला बाई जी कहानियां सारिया जब मुक गई हूँ मैं होर नावल होर पढ़न लगता तो वह कहानियां है नहीं हूँ नावलों के कहानी बनाऊंगा वह नौ आप लाऊंगा प्रांत तो आया होया भाषा पढ़ाने एक्टिंग दा शौक भी है अपन हाँ पूरा अच्छा एक होर है एक फिल्म भी बनानी है हाँ जिंदगी मतलब आपे बनना मैं हीरो अच्छा वो मेरे एक मन दे विच अपना बई ओनू कदे लिखांगे ते बाकी ओ है किते जे सूत आ गई गल क्योंकि ओ भी कोलों ही 2-3 लाख डालर खर्चना पैना आ गए वापस ओ भी राजनीति वांगू ही होणा ने नहीं नहीं पूरी उम्मीद है जो अपना रोब है या जो चेहरा मोर है उस हिसाब नाल गल बन सकती है सो फिल्म भी आपा मेरे ख्याल जो बन जानी है डोंट वरी सो वो भी हो जूगा सो क्योंकि हुण जद कहानी चल ही रही है चेहरे मोरे हीरो बन दी गल जिहड़ी ओह तुसी कर रहे हो सो अपनी असली जिंदगी च जिहड़ी हीरोइन है उहनां नाल मुलाकात किस तरह होई सी हरजीत गिल शो करता है या पॉलिटिक्स विच है या व्हाटएवर पर घर दे विच
ਚੱਲਦੀ ਕਿਹਦੀ ਆ ਪਹਿਲਾਂ ਇਹ ਦੱਸੋ। ਘਰ ਜਾ ਕੇ ਵੀ ਸਰਦਾਰ ਹਰਜੀਤ ਸਿੰਘ ਗਿੱਲ ਦੀ ਬੂਹਾ ਖੜਕਾਉਂਦੇ ਨੇ ਤੇ ਨਿਕਲਦੇ ਨੇ ਕਿ ਭਈ ਖੋਲੋ ਵੀ ਦਰਵਾਜ਼ਾ। ਨਾ 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 ਇਹਦੇ ਨਹੀਂ ਆਪਾਂ ਦਾ ਪਰਲੇ ਪਾਸੇ ਬਹਿਣੇ ਆ ਇੱਕ ਪਾਸੇ ਜਿਹੜਾ ਸਰਦਾਰਨੀ ਨੇ ਕਹਿਣਾ ਉਹੀ ਸਰਦਾਰਨੀ ਨੇ ਕਹਿਆ ਹੋਣਾ। ਅਸੀਂ ਜਦ ਨਾ ਸਾਡਾ ਦੇਖ ਦਿਖਾਈਆ ਜਿਹਾ ਹੋਣ ਲੱਗਿਆ ਅਸੀਂ ਇਕੱਠੇ ਹੋ ਗਏ ਤੇ ਸਤਵਿੰਦਰ ਕੌਰ ਨੂੰ ਬ੍ਰਦਰ ਇਨ ਲਾਅ ਮੇਰਾ ਲੈ ਮੋਟਰਸਾਈਕਲ ਤੇ ਬਿਠਾ ਕੇ ਅਸੀਂ ਪਾਪਾ ਜੀ ਬੀਬੀ ਜੀ ਲੁਧਿਆਣੇ ਉਹ ਮੇਰੀ ਨਾਨੀ ਜੀ ਨੇ ਰਿਸ਼ਤਾ ਇਹ ਕਰਾਇਆ। ਅੱਛਾ ਉਹ ਸ਼ਾਲ ਦੀ ਉਹਨੇ ਬੁੱਕਲ ਮਾਰੀ ਹੋਈ ਮੂੰਹ ਟਕਿਆ ਹੋਇਆ 94 ਦੀ ਗੱਲ। ਅੱਛਾ ਜੀ ਉੱਥੇ ਬੈਠੇ ਦਾ ਸਾਰੇ ਕਰੀ ਜਾਣ ਕਰ ਲਓ ਭਾਈ ਗੱਲ ਗੱਲ ਕਰ ਲਓ ਤੁਸੀਂ ਮੈਂ ਕਿਹਾ ਯਾਰ ਕਿਹੜੀ ਗੱਲ ਕਰਨੀ ਹੈ ਨਾ ਬਸ ਐ ਉਹ ਇੱਧਰ ਬੈਠੀ ਆ ਮੈਂ ਇੱਥੇ ਬੈਠਾ ਮੈਂ ਤਾਂ ਸਿਰਫ ਆਪਣਾ ਪਰਮਿੰਦਰ ਨੂੰ ਹੀ ਦੇਖਿਆ ਬਲਰਾਜ ਦੇ ਮਾਮੇ ਨੂੰ ਹੀ। ਅੱਛਾ ਅੱਛਾ ਹਾਂ ਸੋਹਣਾ ਸੁਨੱਕਾ ਯਾਰ ਜਾਣੀ ਤੁਸੀਂ ਦੇਖੋ ਕਰਿਓਸਟੀ ਵੀ ਘਰ ਦੇ ਜੀ ਬੈਠੇ ਨੇ ਤੇ ਉੱਥੇ ਬੈਠੇ ਕਈ ਜਣੇ ਗੱਲ ਕਰ ਲਓ ਤੁਸੀਂ ਤੇ ਆਪਣਾ ਬਲਾਇੰਡ ਜਿਹੜਾ ਚੈੱਕ ਤੇ ਸਿਰੇ ਦਾ ਆਪਣਾ ਉਹਦੇ ਯਾਰ ਆਹੀ ਕੰਮ ਸੀ 94 ਹੈ ਨਾ ਬਿਲਕੁਲ ਤੇ ਕੋਈ ਤੰਗੀ ਨਹੀਂ। ਹਾਂ ਮੈਨੂੰ ਇੱਕ ਜ਼ਰੂਰ ਰਿਗਰੈਟ ਰਹਿੰਦਾ ਵੀ ਵਿਆਹ ਤੋਂ ਬਾਅਦ ਕਿਉਂਕਿ ਉਹ ਕਾਲਜ ਦੀ ਬੈਸਟ ਅਥਲੀਟ ਸੀ ਹਾਂ ਬਹੁਤ ਡਿਸਕਸ ਅਤੇ ਹੈਮਰ ਥਰੋ ਦੀ ਅਤੇ ਉਹਦੇ ਬਾਅਦ ਬਲਰਾਜ ਦੇ ਵਰਤ ਤੋਂ ਬਾਅਦ ਉਹ ਢਿੱਲੀ ਹੋ ਗਈ ਆਰਥਰਾਈਟਿਸ ਹੋ ਗਿਆ ਉਹ ਮੈਨੂੰ ਰਿਗਰੈਟ ਰਹਿੰਦਾ ਬਹੁਤ ਜ਼ਿੰਦਗੀ 'ਚ ਹੈ ਨਾ ਪਰ ਉਹ ਹੁਣ ਜਿਹੜਾ ਕੁਛ ਲਿਖਿਆ ਸਾਹਿਬ ਦੇ ਹੱਥ ਦੇ ਵਿੱਚ ਉਹਦੀ ਵੈਲਬੀਇੰਗ ਲਈ ਬਹੁਤ ਕੋਸ਼ਿਸ਼ ਕਰਦੇ ਹਾਂ ਸਾਰਾ ਪਰਿਵਾਰ ਏ ਅਤੇ ਫਾਦਰ ਸਾਹਿਬ ਮਾਤਾ ਜੀ ਪਿਤਾ ਜੀ ਕਿ ਉਹ ਭੈਣ ਕੋਈ ਨਹੀਂ ਸੀ ਤਿੰਨ ਪੀੜ੍ਹੀਆਂ 'ਚ ਕੁੜੀ ਕੋਈ ਨਹੀਂ ਸੀ ਰਵਰਾਜ ਪਹਿਲੀ ਆ ਅੱਛਾ ਉਹ ਇੱਕ ਮੈਨੂੰ ਚੀਜ਼ ਬੋਦਰ ਵੀ ਕਰਦੀ ਆ ਕਦੇ ਕਦੇ ਬਈ ਸਿਹਤ ਜਿਹੜਾ ਤੁਹਾਡਾ ਨਾਲ ਦਾ ਹਿੱਸੇਦਾਰ ਹਾਲਾਂਕਿ ਕੋਈ ਇਹੋ ਜਿਹੀ ਕਮੀ ਨਹੀਂ ਵੀ ਜਿਹਦੇ ਕਰਕੇ ਸਿਹਤ ਕਰਕੇ ਮੈਨੂੰ ਲੱਗਿਆ ਹੋਵੇ ਬਈ ਯਾਰ ਬਈ ਅੱਜ ਇਹਦੀ ਸਤਵਿੰਦਰ ਦੀ ਮੈਨੂੰ ਜ਼ਰੂਰਤ ਸੀ ਉਹ ਮੇਰੇ ਨਾਲ ਨਹੀਂ ਖੜੀ ਇਹੋ ਜਿਹਾ ਕੁਛ ਨਹੀਂ ਹੈ ਬਹੁਤ ਹਾਰਡ ਵਿਲ ਦੀ ਅਤੇ ਬਹੁਤ ਚੜ੍ਹਦੀ ਕਲਾ ਵਾਲਾ ਉਹਦਾ ਜੀਵਨ ਆ ਮਤਲਬ ਸੱਚ ਮਤਲਬ ਜਿਹੜੀ ਔਰ ਬਹੁਤ ਟਰੁੱਥਫੁੱਲ ਬਹੁਤ ਟਰੁੱਥਫੁੱਲ ਮਤਲਬ ਇਉਂ ਨਹੀਂ ਹੈ ਵੀ ਮੇਰੇ ਲਈ ਕੋਈ ਮੇਰਾ ਮੂੰਹ ਦੇਖ ਕੇ ਆ ਗੱਲ ਕਹਿਤੀ ਜੇ ਗੱਲ ਕੋਈ ਝੂਠ ਆ ਉਹ ਕਹਿੰਦੀ ਨਹੀਂ ਇਹ ਨਹੀਂ ਮੈਂ ਅਤੇ ਔਰ ਹੁਣ ਤੱਕ ਤਜ਼ਰਬਾ ਹੈ ਵੀ ਜੇ ਉਹਦੀ ਸਹਿਮਤੀ ਨਾਲ ਕੋਈ ਕੰਮ ਕਰਦਾ ਉਹ ਮੇਰਾ ਵਧੀਆ ਹੋ ਜਾਂਦਾ ਜੇ ਉਹਦੀ ਅਸਹਿਮਤੀ ਤੋਂ ਉਹਦੇ ਜ਼ੋਰ ਨਾਲ ਮੈਂ ਕਰਦਾ ਉਹ ਮੇਰਾ ਠੀਕ ਨਹੀਂ ਹੁੰਦਾ ਮਤਲਬ ਇਹ ਮੇਰੀ ਫੀਲਿੰਗ ਆ ਅਤੇ ਦੋਨੇ ਜਵਾਕਾਂ ਨੂੰ ਪਾਲਣ ਦੇ ਵਿੱਚ ਕਿਉਂਕਿ ਉਹਨੇ ਐਲੀਮੈਂਟਰੀ ਤੱਕ ਐਜ ਏ ਟੀਚਰ ਉਹਨਾਂ ਨੂੰ ਪੜ੍ਹਾਇਆ ਬਲਰਾਜ ਅਤੇ ਰਵਰਾਜ ਦੇ ਵਿੱਚ ਉਹਦੇ ਬਹੁਤ ਵੱਡੀ ਉਹਦੀ ਭੂਮਿਕਾ ਮਤਲਬ ਮਦਰ ਦੀ ਹੁੰਦੀ ਹੋਈ ਹੈ ਨਾ ਅਤੇ ਬਾਕੀ ਵੱਡਾ ਜਿਹੜਾ ਇਹ ਆ ਵੀ ਸਭ ਕੁਛ ਪੂਰਾ ਮਤਲਬ ਕੋਈ ਕੋਈ ਡਿਜ਼ਾਇਰ ਨਹੀਂ ਹੈ ਹਾਂ ਇੱਕ ਜ਼ਰੂਰ ਹੈ ਮਨ ਦੇ ਵਿੱਚ ਮੈਂ ਭਾਈਚਾਰੇ ਨੂੰ ਨਾ ਵੱਧ ਤੋਂ ਵੱਧ ਮੈਂ ਸਰਵ ਕਰਨਾ ਚਾਹੁੰਦਾ ਕਿਸੇ ਤਰੀਕੇ ਨਾਲ ਬਈ ਮੈਂ ਯਾਰ ਇੱਥੇ ਵੀ ਕਰ ਦੇਵਾਂ ਮੈਂ ਇੱਥੇ ਵੀ ਕਰ ਦੇਵਾਂ ਇੱਥੇ ਵੀ ਮਤਲਬ ਉਹਦਾ ਰੂਪ ਇਹ ਜਿਹੜੇ ਜਿੱਥੇ ਮਾਈਕ 'ਤੇ ਮੈਂ ਬੈਠਾ ਹੋ ਸਕਦਾ ਇਹੀ ਰੂਪ ਅਕਾਲ ਪੁਰਖ ਨੂੰ ਮੇਰਾ ਮਨਜ਼ੂਰ ਹੈ ਬਿਲਕੁਲ ਹੋ ਸਕਦਾ ਮੈਂ ਇੱਥੇ ਮੇਰੀ ਇਲੈਕਸ਼ਨ ਦੇ ਵਿੱਚ 80% ਮਾਵਾਂ ਨੇ ਇਹ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਜਿੱਤੇ ਨਾ ਬੀਬੀ ਇੱਕ ਮੇਰੀ ਪਿੰਨੀਆਂ ਵਾਲੀ ਬੀਬੀ ਆ ਬੀਬੀ ਸਹੋਤਾ ਉਹਨੂੰ ਮੈਂ ਪਿੰਨੀਆਂ ਵਾਲੀ ਬੀਬੀ ਕਹਿੰਦਾ ਮੈਨੂੰ ਠੰਡ 'ਚ ਪਿੰਨੀਆਂ ਮੈਨੂੰ ਬਣਾਇਆ ਗੜ ਸ਼ੰਕਰ ਤੋਂ ਮਾਂ ਮੇਰੀ ਉਹ ਕਹਿੰਦੀ ਹਰਜੀਤ ਸਿੰਘ ਪੁੱਤ ਮੈਂ ਤੈਨੂੰ ਜਿੱਤਣ ਦੀ ਤਾਂ ਮੇਰੀ ਅਰਦਾਸ ਆ ਪਰ ਪੁੱਤ ਜੇ ਤੂੰ ਜਿੱਤ ਗਿਆ ਸਾਨੂੰ ਗੱਲਾਂ ਕੌਣ ਸਾ ਤੇ ਉਹ ਮੈਂ ਝੂਠ ਜਿਹਾ ਬੋਲਦਾ ਹੀ ਨਾ ਇਹਨਾਂ ਰੇਡੂਆ ਦਾ ਆਪਾਂ ਛੱਡਾਂਗੇ ਨਹੀਂ ਕਿਹਨੇ ਰੇਡੀਓ ਕਰਨਾ ਹਨ ਸੋ ਇਹ ਮੈਨੂੰ ਲੱਗਦਾ ਜੀ ਇਹ ਉਹਦੇ ਹਿਸਾਬ ਦੇ ਨਾਲ ਜਿਵੇਂ ਉਹਨੇ ਰੱਖਿਆ ਉਹ ਪਰ ਹਾਂ ਇਸ ਰੇਡੀਓ ਨੇ ਮੇਰਾ ਐਡਾ ਵੱਡਾ ਪਰਿਵਾਰ ਦਿੱਤਾ ਮੈਨੂੰ ਕਿਉਂਕਿ ਜਦ ਆਪਾਂ ਔਨਲਾਈਨ ਗਏ ਏਅਰ ਤੇ ਔਨਲਾਈਨ ਸ਼ੁਰੂ ਹੋ ਗਈ ਸਟ੍ਰੀਮਿੰਗ ਹੈ ਨਾ ਹੁਣ ਆਸਟ੍ਰੇਲੀਆ ਤੋਂ ਲੈ ਕੇ ਤੁਹਾਨੂੰ ਕੋਈ ਫਿਨਲੈਂਡ 'ਚ ਬੈਠਾ ਖਹਿਰਾ ਸਾਹਿਬ ਮੇਰੇ ਦੋਸਤ ਨੇ ਉਹ ਫਿਨਲੈਂਡ ਮੈਨੂੰ ਸੁਣਦੇ ਨੇ ਮਤਲਬ ਹੈ ਨਾ ਅਤੇ ਨਿਊਯਾਰਕ ਦੇ ਵਿੱਚ ਬਹੁਤ ਇੱਕ ਵਿਸ਼ਾਲ ਪਰਿਵਾਰ ਆਸਟ੍ਰੇਲੀਆ 'ਚ ਸਵੇਰੇ 5 ਵਜੇ ਹੁੰਦੇ ਨੇ ਲੋਕ ਸੁਣਦੇ ਆ ਹੈ ਨਾ ਗੋਲਡ ਕੋਸਟ 'ਤੇ
ਤੇ ਉਹ ਬਹੁਤ ਵੱਡਾ ਪਰਿਵਾਰ ਆ। ਹਾਂ ਮੈਂ ਨਹੀਂ ਕਹਿੰਦਾ, ਮੈਨੂੰ ਸਾਰੇ ਪਿਆਰ ਕਰਦੇ, ਜਿੰਨੇ ਕਰਦੇ ਆ ਉਹ ਇਹ ਕਰਦੇ ਆ, ਤੇ ਸਾਹਿਬ ਕਿਰਪਾ ਰੱਖਣ, ਬਹੁਤ ਕਿਰਪਾ ਕਰੇ ਸੱਚੇ ਪਾਤਸ਼ਾਹ ਬਈ ਸਦਾ। ਹੁਣ ਇਹ ਰਹਿੰਦਾ ਵੀ ਕਿਸੇ ਨੂੰ ਹਰਟ ਨਾ ਕਰੀਏ। ਹਾਂ ਪਰ ਜਦ ਕੁਛ ਕੁ ਅਸੂਲਾਂ ਦੀ ਗੱਲ ਹੁੰਦੀ ਆ ਫਿਰ ਮੈਂ ਤੇ ਰਹਿ ਨਹੀਂ ਹੁੰਦਾ। ਮੈਂ ਹੋ ਸਕਦਾ ਮੇਰੀਆਂ ਗੱਲਾਂ ਵੀ ਕਿਸੇ ਨੂੰ ਹਰਟ ਕਰਦੀਆਂ ਹੋਣ, ਪਰ ਮੈਂ ਜ਼ਿਆਦਾਤਰ ਕੋਸ਼ਿਸ਼ ਇਹੀ ਕਰਦਾ। ਇਹ ਬਹੁਤ ਵੱਡੀ ਗੱਲ ਆ ਜੀ, ਤੁਸੀਂ ਨਾ ਗੁੱਡ ਵਾਈਬਸ ਜੇ ਜ਼ਿੰਦਗੀ ਦੇ ਵਿੱਚ ਲੈਂਦੇ ਨਹੀਂ ਲੋਕਾਂ ਦੀਆਂ ਤਰੰਗਾਂ ਜਿਹੜੀਆਂ ਪੋਜ਼ਿਟਿਵ ਇੱਥੇ ਦੀ ਜ਼ਿੰਦਗੀ ਜਿਹੜੀ ਸਿੱਧੀ ਕਰਨ ਦੇ ਲਈ ਇੱਥੇ ਵੀ ਤੁਹਾਨੂੰ ਬਹੁਤ ਵਧੀਆ ਦੋਸਤ ਚਾਹੀਦਾ ਤੁਹਾਡੇ ਆਰਥਿਕ ਤੌਰ 'ਤੇ, ਜਿਹੜੇ ਨੇੜੇ ਰਹਿਣ ਸਮਾਜਿਕ ਤੌਰ 'ਤੇ, ਸੋਸ਼ਲ ਸਰਕਲ, ਸੋਸ਼ਲ ਸਰਕਲ ਜਿਹੜੇ ਤੁਹਾਨੂੰ ਰੋਕਣ, ਜਿਨ੍ਹਾਂ ਨੂੰ ਤੁਸੀਂ ਮਾਣ ਦਿੱਤਾ ਹੋਇਆ, ਵੱਡੇ ਭਾਈਆਂ ਨੂੰ ਜਿਹੜੇ ਤੁਹਾਨੂੰ ਕਹਿਣ ਹਰਜੀਤ ਆਹ ਨਹੀਂ ਤੂੰ ਕਰ ਸਕਦਾ, ਇਹ ਮਾਣ ਤੁਹਾਨੂੰ ਦੇਣਾ ਪੈਂਦਾ। ਪੰਜ ਸੱਤ ਮੇਰੇ ਦੋਸਤ ਨੇ ਵਧੀਆ ਜਿਹੜੇ ਨਾਨਾ ਤੂੰ ਅੱਜ ਆਹ, ਕਈ ਵਾਰ ਮੈਂ ਬਹੁਤ ਗਰਮ ਹੋਇਆ ਹੁੰਦਾ, ਮੈਨੂੰ ਬ੍ਰੇਕ 'ਚ ਫੋਨ ਆਉਂਦਾ, ਯਾਰ ਤੂੰ ਐਂ ਨਾ ਕਰ, ਠੰਡਾ ਹੋ ਜਾ, ਤੂੰ ਇਹ ਕਿਉਂ ਕਰਦਾ, ਮਤਲਬ ਨਹੀਂ। ਅਗਲਾ ਕਹਿੰਦਾ ਵੀ ਮੈਂ ਕਿਉਂ ਇਹਨੂੰ ਕਹਿਣਾ, ਜਾਂ ਉਹ ਕਹਿੰਦਾ ਵੀ ਹੋਰ ਕਹੋ ਵੀ ਚੱਕਦੇ ਹੋਰ। ਸੋ ਆਲ ਇਹ ਰਲਮਾ ਮਿਲਮਾ ਹੰਗਾਰਾ, ਅਤੇ ਹਰ ਰੋਜ਼ ਆਪਾਂ ਜਿਹੜਾ ਸਿੱਖਦੇ ਹਾਂ, ਯੂ ਨੋ ਐਵਰੀ ਡੇ, ਅਤੇ ਸੋ ਫਾਰ ਸੋ ਗੁੱਡ ਮੇਰੇ ਖਿਆਲ। ਨਹੀਂ ਨਹੀਂ ਵਧੀਆ ਜੀ, ਬਹੁਤ ਵਧੀਆ। ਸੋ ਕਿਉਂਕਿ ਗੱਲ ਚੱਲ ਰਹੀ ਸੀ ਆਪਣੀ ਕਿ ਸ਼ੁਰੂਆਤੀ ਜ਼ਿੰਦਗੀ ਜਿਹੜੀ ਹੈ ਉੱਥੋਂ ਮਕਸੂਦ ਸ਼ੁਰੂ ਹੋ ਕੇ ਕਿੱਥੇ ਅਸੀਂ ਕੈਨੇਡਾ ਪਹੁੰਚੇ ਹਾਂ। ਸੋ ਨਿੱਕੀਆਂ ਨਿੱਕੀਆਂ ਗੱਲਾਂ ਅੱਜ ਤੁਹਾਡੇ ਬਾਰੇ ਸਾਰੀਆਂ ਸ਼ੇਅਰ ਕੀਤੀਆਂ, ਉਹਦੇ ਵਿੱਚ ਹੁਣ ਛੋਟੀਆਂ ਛੋਟੀਆਂ ਹੋਰ ਵੀ, ਤੁਸੀਂ ਕਿਹਾ ਪੜ੍ਹਾਈ ਦੇ ਵਿੱਚ ਠੀਕ ਠਾਕ ਹੀ ਸੀ, ਢਿੱਲਾ ਸੀ ਹੱਥ, ਪਰ ਕਿਹੜਾ ਕੋਈ ਐਸਾ ਸਬਜੈਕਟ ਹੈ ਜਿਹੜਾ ਵਾਕਈ ਬਹੁਤ ਵਧੀਆ ਲੱਗਦਾ ਸੀ ਜਾਂ ਸਭ ਤੋਂ ਮਾੜੇ ਕਾਹਦੇ 'ਚ ਸੀ? ਹਿਸਟਰੀ ਸਭ ਤੋਂ ਵਧੀਆ, ਹਿਸਟਰੀ ਸਭ ਤੋਂ ਵਧੀਆ ਓਬਵੀਅਸਲੀ, ਅੰਗਰੇਜ਼ੀ, ਅੰਗਰੇਜ਼ੀ ਸਭ ਤੋਂ ਘੱਟ, ਅੰਗਰੇਜ਼ੀ ਸਭ ਤੋਂ ਘੱਟ। ਉਹ ਕਹਿੰਦਾ ਤਿੰਨ ਫਾਰਮਾਂ ਲਿਖੋ ਗੁੱਡ ਦੀਆਂ, ਮੈਂ ਕਿਹਾ ERESTੀ ਕਹਿੰਦਾ ਗੁੱਡ ਗੁੱਡਰ ਗੁੱਡੈਸਟ। ਸੋ ਹਾਂ ਜਿਹੜਾ ਸੱਚ ਆ, ਮੈਨੂੰ ਪੰਜਾਬੀ ਤਾਂ ਖਾਣਾ ਵਧੀਆ ਹੀ ਲੱਗਦਾ, ਪਰ ਮੈਨੂੰ ਗ੍ਰਿਲਡ ਫੂਡ ਜਿਹੜਾ ਬਹੁਤ ਵਧੀਆ ਲੱਗਦਾ, ਮੈਨੂੰ ਤੰਦੂਰ ਬਹੁਤ ਵਧੀਆ ਲੱਗਦਾ, ਤੰਦੂਰ ਦੀ ਕੋਈ ਵੀ ਡਿਸ਼, ਤੰਦੂਰ ਦੀਆਂ ਰੋਟੀਆਂ ਮਤਲਬ ਓਵਨ ਦੇ ਵਿੱਚ ਬਣਵਾ ਸਤਵਿੰਦਰ ਬਣਾ ਦਿੰਦੀ ਹੈ, ਅਤੇ ਹੁਣ ਤੰਦੂਰ ਲਾ ਵੀ ਲਿਆ ਅਗਲੇ ਸਾਲ ਘਰ 'ਚ ਕਰਾਂਗੇ, ਅਤੇ ਉਹ ਪਸੰਦ ਹੈ। ਇੱਕ ਜ਼ਿੰਦਗੀ ਦਾ ਬਸ ਇਹ ਹੈ ਬਈ, ਬਾਕੀ ਪੰਜਾਬੀ ਪਹਿਨਣਾ ਆਪਾਂ ਨੂੰ ਵਧੀਆ ਲੱਗਦਾ, ਮੋਟਰਸਾਈਕਲ ਚਲਾਉਣ ਦੀ, ਘੋੜਸਵਾਰੀ ਦਾ ਸ਼ੌਕ ਹੈ, ਹਥਿਆਰਾਂ ਦਾ ਸ਼ੌਕ ਹੈ, ਅਤੇ ਬਾਕੀ ਇੱਕ ਮੇਰਾ ਜ਼ਿੰਦਗੀ ਦਾ ਇਹ ਗੁਰੂ ਪਾਤਸ਼ਾਹ ਕਰੇ ਵੀ ਮੈਂ ਜ਼ਿੰਦਗੀ ਦੇ ਆਖਰੀ ਮੇਰਾ ਸਮਾਂ ਮੈਂ ਆਪਣੇ ਪਿੰਡ ਰਹਿਣਾ ਚਾਹੁੰਦਾ, ਮੈਂ ਉਹੀ ਮਿੱਟੀ 'ਚ ਜਾਣਾ ਚਾਹੁੰਦਾ ਜਿੱਥੇ ਮੇਰੇ ਦਾਦਾ ਜੀ ਗਏ, ਅਤੇ ਉਹੀ ਮੈਂ ਕਹਿੰਦਾ ਵੀ ਉਹੀ ਜਗ੍ਹਾ ਹੋਵੇ ਜਿੱਥੇ ਉਹਨਾਂ ਨੂੰ। ਮੈਨੂੰ ਬਹੁਤ ਵੱਡਾ ਰਿਗਰੈਟ ਆ ਜੀ ਵੀ ਮੈਂ ਦਾਦਾ ਜੀ ਦੇ ਆਪਣੀ ਦਾ ਬਾਬਾ ਜੀ ਦਾ ਨਿੱਘ ਨਹੀਂ ਉਹਨਾਂ ਦੀ ਗੋਦੀ ਦਾ ਮਾਣ ਸਕਿਆ, ਮੇਰਾ ਮੈਂ 67 ਦਾ ਸੀ, 75 'ਚ ਉਹਨਾਂ ਦੀ ਉਹ ਪੂਰੇ ਹੋ ਗਏ, ਅਤੇ ਉਹ ਮੈਨੂੰ ਨਾ ਬਹੁਤ ਬੋਦਰ ਕਰਦਾ। ਕਈ ਵਾਰ ਮੈਂ ਪਾਪਾ ਜੀ ਨਾਲ ਡਿਸਕਸ਼ਨ 'ਚ ਚਲੇ ਜਾਂਦਾ ਬਈ ਤੁਸੀਂ ਫੋਟੋਆਂ ਕਿਉਂ ਨਹੀਂ ਬਣਾਈਆਂ, ਉਹ ਕਹਿੰਦਾ ਪੁੱਤ 75 'ਚ ਕਿਹੜਾ ਫੋਟੋਆਂ ਬਣਾਉਂਦੇ, ਹੈਗੀਆਂ ਨੇ ਪਰ ਐਂ ਨਹੀਂ ਹੈ ਵੀ ਜਿਹੜੀਆਂ ਮੈਂ ਜਿਹੜੀ ਮੈਨੂੰ ਹੋਵੇ ਕਿਤੇ। ਉਹ ਵਰਲਡ ਵਾਰ ਪਹਿਲੀ ਲੜਕੇ ਗਏ, ਫਿਰ ਮਹਾਰਾਜਾ ਪਟਿਆਲੇ ਦੇ ਰਸਾਲਦਾਰ ਬਣੇ, ਅਤੇ ਹਾਂ ਉਹ ਆਪਣੇ ਬਲੱਡ 'ਚ ਆ ਇਹ ਰਾਈਡਿੰਗ ਵਾਲਾ, ਹਨ ਅਤੇ ਉਹ ਮੇਰਾ ਮਨ ਹੈ ਬਈ ਕਦੇ ਮੈਂ ਇੱਥੋਂ ਵਿਹਲਾ ਹੋ ਜਾਵਾਂ ਅਤੇ ਅਸੀਂ ਦੋਨੇ ਜੀ ਜਾ ਕੇ ਜ਼ਿੰਦਗੀ ਦੇ ਜਿੰਨੇ ਸਾਲ ਹੋਏ, ਹੁਣ ਪਤਾ ਨਹੀਂ ਨਾ ਵੀ ਕਿੰਨੇ ਨੇ, ਜੇ ਮੈਨੂੰ ਪਤਾ ਲੱਗੇ 75 ਦਾ ਆਉਣਾ ਮੈਂ 70 'ਚ ਚਲੇ ਜਾਵਾਂ, ਬਈ ਉਹ 5-4 ਸਾਲ ਮੈਂ, ਹਾਂ ਹਾਂ ਉਹ 6-6 ਮਹੀਨੇ ਵਾਲਾ ਨਹੀਂ। ਤਸਵੀਰਾਂ ਦੀ ਤੁਸੀਂ ਗੱਲ ਕੀਤੀ ਕਿ ਵਾਕਈ ਉਸ ਟਾਈਮ ਤੇ ਆਪਣੀਆਂ ਵੀ ਘੱਟ ਹੀ ਨੇ, ਕਿਉਂਕਿ ਨਿੱਕੇ ਹੁੰਦਿਆਂ ਦੀਆਂ ਜਿਹੜੀਆਂ ਖਿੱਚ ਲਈਆਂ ਫੋਟੋਗ੍ਰਾਫਰ ਤੋਂ ਖਿਚਵਾ ਲਈਆਂ, ਤੁਹਾਡੀ ਇੱਕ ਦੇਖੀ ਸੀ ਫੇਸਬੁੱਕ ਤੇ, ਵੱਡੇ ਵੀਰ ਜੀ ਨੇ 5ਵੀਂ ਪਾਸ ਕਰਨੀ ਸੀ, ਤੇ ਉਹ ਉਹਨਾਂ 63 ਦਾ ਜਨਮ ਆ, 72 ਦੀ ਗੱਲ, ਮੈਂ 5 ਸਾਲਾਂ ਦੀ ਕੱਚੀ ਪੱਕੀ ਵਾਲਾ, ਮੈਨੂੰ ਵੀ ਖੜਾ ਤਾ ਨਾਲ, ਨਿੱਕਰ ਪਾਈ ਹੋਈ ਆ ਮੇਰੇ, ਮੇਰਾ ਮੂੰਹ ਅੱਡਿਆ ਹੋਇਆ ਸੀ, ਉਹ ਖੜਾ ਮੂੰਹ ਬੰਦ ਕਰ, ਉਹ ਇੰਨਾ ਮੈਂ ਜ਼ੋਰ ਨਾਲ ਪੀਚ ਲਿਆ, ਉਹ ਮੈਂ ਲਿਖਿਆ ਵੀ ਸੀ, ਮੈਂ ਕਿਹਾ ਪਤਾ ਲੱਗਦਾ ਵੀ ਕਿਹਨੇ ਬੜਾ ਹੋ ਕੇ ਕੀ ਬਣਨਾ, ਜ਼ਬਰਦਸਤੀ ਮੂੰਹ ਬੰਦ ਕਰਨਾ, ਬਹੁਤ ਵਧੀਆ ਜੀ। ਹਾਂ ਸੋ ਇਹ ਜ਼ਿੰਦਗੀ ਦਾ ਰੰਗ ਹੈ ਜੀ, ਅਤੇ
बहुत माता जी मेरे ना ओहो हुण 78 ने ओके ते असी दोने भाई जद पले तो ओहो मतलब वो जद एक बार ढिले हो गए ढिले हो गए तो अपने कोल ये गल है 1978 दी मैं 12-11 वरिया दा सी अपने कोल स्कूटर नहीं सी जद 78 दी गल है ना। अच्छा जी। वो मैं गुआंढियों का बजाज 150 स्कूटर मंग के ना माँ नूं बिठा के दराहे नूं लैके चला जद है नहीं सी पिंड च दो ही स्कूटर सी अमीरां दे घरे सी ओह ना मैं लै आया बीबी ढिली है मेरी वो कहने लै जा चला लेंगा मैं हाँ चला लूँ मैं लै राह च मैं 7 किलोमीटर के राह च कहा बीबी आह स्कूटर अपने को कदे हो 78 च पिछे वह बैठे ने मेरे मोढ़े तो एलर्जी हो जाती बीबी उन्हें मेरे मोढ़े हाथ रख के कहती पुत तू ये स्कूटर स्कंटर दल तू देखी सही की देखो फीलिंग आ मैं 11 वरिया का सी हूँ मैनू जद की पता मैं की होना की नहीं है ना। सो वह भी जिंदगी दे दिन पर एक चीज़ परिवार के मिली बी संजम दे सबर दे विच बहुत जानी रह के एक टीचर सन ने मतलब जवाक पढ़ाने एक अज तप्पणा वाले स्कूलों चो वाइस प्रेजिडेंट रिसर्च बनना पहला सिख नॉर्थ अमेरिका फादर साहब टीचर हाँ मैं चलो जिन्ना मेरी झोली चा प्यार है ना ते वो बहुत वड्डियां दातां दिंदा सारे परिवारां नूं दिंदा किसे नूं कमी नहीं छड्दा सानूं उहदों मन जिहड़ा नापण वाला ना वह साडे कोल मापदंड नहीं असीं हुण 700-600 स्क्वेयर फुट च आपां बेसमेंट च रहण वाले बंदे अज 5-5 हज़ार च रहने आ हले भी सानूं ऐ लगदा नहीं यार इह तां थोड़ा ते 20 सालां च ते की रब आपां नूं होर दे देवे जवाक हुण पढ़ रहे ने थोड़े मास्टर्स कर रहे ने UBC हूँ बेटा मैं जोत की गल करा आपां की कीता है जा जिहड़ा इस देश दे विच कई कहिंदे आखे पढ़ ले इत्थे डिग्रियां कर लिया असीं कुछ भी नहीं कीता ते पर वह थोनों देई जांदा है। मैं कौम नूं भी सारी नूं कहना यार सबर दे विच रह के किस्मत अपनी बहुत सारिआं दी चंगी आपां इत्थे बैठे हाँ ते अपना पिछे पंजाब की निगाह रखो पंजाब का प्यार करो जिन्ना हो सकता वो तो वध करो ते एक दूजे नाल प्यार करो ते हो अखीर च क्योंकि मेरी परसनल इंटरव्यू तुहाडे नाल पिछले 12 वरियां दे विच जे किसी नूं हर्ट कीता होवे कीता तां नहीं जान के जे कीता हो माफ़ी आ दोने हथ जोड़ के ते हाँ जिहड़े खेंदे आ उहनां नाल कोई माफ़ी वो ऐं चलो एज लोंग एज इट गोज ठीक है नहीं कोई ना जिन्ना भजदे नूं बाण बराबर ने उन्होंने कोई नहीं बस जिन्हें जिन्हें ऐ होया भी किसी सोल नूं किसी नूं एवें हर्ट हो गया यार उच्चा बोल गया लाइन कटती वो एक रेडियो दे तौर ते उहदे लई माफ़ी। बिल्कुल बिल्कुल जी ये तुहाडी की कहिंदे बड़प्पन है ये तुहाडा कि तुसीं अजिहा कह रहे हो नहीं तो लोग कई परवाह नहीं करते जो चलदा चली जाए। सो बहुत वधिया जी सो धन्यवाद बहुत बहुत थैंक यू अज बढ़िया वधिया गल्लां लगियां जी पर दिल तो होर भी करदा सुनी जाइए गल्लां कहानियां बहुत मान रहिंदा तुहाडा तुसीं सराउंडिंग हो साडे एक होस्ट नहीं एक मैनेजर के तौर पर छोटे भैन हो साडे सानू असी थोड़े नाल प्यार करदे आ हसदे आ खेडदे आ असी हर एक गल थोड़े नाल सांझी करदे आ आपां तां अपना दरवाजे तो पता लगता भी दोने बड़ गए हिड़ 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 करदे वो कहदे स्टूडियो आवा यार स्टूडियो से चढ़दी कला च थैंक यू सो मच वीर जी शुक्रिया बहुत बहुत अपनी गल्लां तुसीं सांझियां कीतियां अपने बारे दस्या परिवार बारे दस्या सो यही सब कुछ है जिंदगी चो होर खटना भी की ना कुछ थैंक यू सो मच धन्यवाद सारेयां दा थैंक यू जी।